ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪਾਇਲਟ ਅਭਿਨੰਦਨ 'ਤੇ ਆ ਕੇ ਗੱਲ ਅੜ ਗਈ ਸੀ, ਉਸ ਗੱਲ ਲੜੀ ਤੋਂ ਗੱਲ ਅੱਗੇ ਤੁਰੀ ਹੈਗੀ ਹੈ, ਦਬਾਅ ਕੰਮ ਆਇਆ ਹੈਗਾ, ਕੂਟਨੀਤਿਕ ਦਬਾਅ ਇਸ ਨੂੰ ਕਿਹਾ ਜਾ ਰਿਹਾ ਹੈਗਾ। ਸਾਡਾ ਸਵਾਲ ਇੱਥੋਂ ਤੱਕ ਨਹੀਂ ਰੁਕੇਗਾ, ਸਾਡਾ ਸਵਾਲ ਇੱਥੋਂ ਅੱਗੇ ਜਾਵੇਗਾ। ਅਮਰੀਕਾ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਅਤੇ ਚੀਨ ਅਤੇ ਭਾਰਤ, ਸਾਊਦੀ ਅਰੇਬੀਆ, ਫਰਾਂਸ, ਯੂ ਐੱਨ, ਇਹ ਸਾਰੇ ਉਹ ਮੁਲਕ ਹੈਗੇ ਆ ਜਿਹੜੇ ਇਸ ਪੂਰੇ ਖਿੱਤੇ ਦੇ ਵਿੱਚ ਜਿਹੜਾ ਤਣਾਅ ਹੈਗਾ, ਭਾਰਤ ਪਾਕਿਸਤਾਨ ਦੇ ਖਿੱਤੇ ਵਿੱਚ ਜਿਹੜਾ ਤਣਾਅ ਹੈਗਾ, ਉਸ ਦੇ ਵਿੱਚ ਭੂਮਿਕਾ ਨਿਭਾ ਰਹੇ ਹੈਗੇ ਆ। ਪਾਇਲਟ ਅਭਿਨੰਦਨ ਤੋਂ ਅੱਗੇ ਜਾ ਕੇ ਕੀ ਸੋਚਿਆ ਜਾਵੇ, ਸਵਾਲ ਇੱਥੇ ਜਾ ਕੇ ਰੁਕੇਗਾ। ਅਸੀਂ ਇੱਕੋ ਸਵਾਲ ਪੁੱਛਾਂਗੇ, ਕਿਹੜਾ ਟਰੰਪ ਕਾਰਡ ਕੰਮ ਆਇਆ? ਲੜਾਕੂ ਜਹਾਜ਼ਾਂ ਦੇ ਆਹਮੋ ਸਾਹਮਣੇ ਆਉਣ ਤੋਂ ਬਾਅਦ ਅਭਿਨੰਦਨ ਵਾਲਾ ਮਾਮਲਾ ਜਿਹੜਾ, ਉਸ 'ਤੇ ਬਹੁਤ ਜ਼ਿਆਦਾ ਕੂਟਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਜਨੇਵਾ ਕਨਵੈਨਸ਼ਨ ਦਾ ਹਵਾਲਾ ਦਿੱਤਾ ਗਿਆ। ਇਸ ਸਭ ਤੋਂ ਬਾਅਦ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦਿੰਦੇ ਆ, ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਟਿੱਪਣੀ ਹੁੰਦੀ ਹੈ, ਪਹਿਲਾਂ ਉਹ ਟਿੱਪਣੀਆਂ ਸੁਣ ਲਈਏ। ਜਨਾਬ ਇਮਰਾਨ ਖਾਨ ਸਾਹਿਬ, ਪਲੀਜ਼। ਸੌਰੀ, ਮੈਂ ਇੱਕ ਚੀਜ਼ ਕਹਿਣੀ ਭੁੱਲ ਗਿਆ, ਐਂਡ ਮੈਂ ਹਿੰਦੁਸਤਾਨ ਕਾ ਪਾਇਲਟ ਹਮਨੇ ਪਕੜਾ ਹੁਆ ਹੈ, ਹਮ ਐਜ਼ ਅ ਪੀਸ ਜੈਸਚਰ ਹਮ ਉਨਕੋ ਉਸਕੋ ਕੱਲ ਰਿਹਾ ਕਰਨੇ ਲੱਗੇ ਹੈਂ ਹਿੰਦੁਸਤਾਨ ਕੋ ਵਾਪਸ। और आप में एक पहले पायलट प्रोजेक्ट करने की परंपरा होती है, और पायलट प्रोजेक्ट होने के बाद स्केलेबल किया जाता है, तो अभी अभी एक पायलट प्रोजेक्ट हो गया। अभी रियल करना है, पहले तो प्रैक्टिस थी। ਸਵਾਲ ਇੱਕ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਭਾਰਤ ਪਾਕਿਸਤਾਨ ਵਿੱਚ ਤਣਾਅ ਘਟਾਉਣ ਲਈ ਕੌਮਾਂਤਰੀ ਭਾਈਚਾਰਾ ਹਕੀਕਤ 'ਚ ਕੀ ਚਾਹੁੰਦਾ ਹੈ? ਇਹ ਹਕੀਕਤ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਓ, ਹਕੀਕਤ 'ਚ ਕੌਮਾਂਤਰੀ ਭਾਈਚਾਰਾ ਚਾਹੁੰਦਾ ਕੀ ਹੈ? ਤਣਾਅ ਬਰਕਰਾਰ ਰਵੇ, ਤਣਾਅ ਘਟੇ, ਤਣਾਅ ਮੁਕਾਉਣ ਲਈ ਕੁਛ ਕਰ ਰਹੇ ਕਿ ਨਹੀਂ ਕਰ ਰਹੇ, ਜਾਂ ਸਿਰਫ ਦਿਖਾਵਾ ਕਰ ਰਹੇ ਹੈ? ਇਸੇ ਸਵਾਲ 'ਤੇ ਸਾਡੀ ਬਹਿਸ ਹੋਵੇਗੀ, ਅਤੇ ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ, ਸਿਆਸੀ ਜਾਣਕਾਰ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਡਿਫੈਂਸ ਐਕਸਪਰਟ ਨੇ, ਕੁਲਦੀਪ ਸਿੰਘ ਕਾਹਲੋਂ ਤੁਹਾਡਾ ਬਹੁਤ ਸਵਾਗਤ ਹੈ। ਬ੍ਰਿਗੇਡੀਅਰ ਪ੍ਰਦੀਪ ਸ਼ਰਮਾ, ਡਿਫੈਂਸ ਐਕਸਪਰਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਸ਼ਰਮਾ ਜੀ, ਤੁਹਾਡਾ ਬਹੁਤ ਸਵਾਗਤ ਹੈ। ਵਿਕਰਮ ਜੀ ਸਿੰਘ, ਸੀਨੀਅਰ ਪੱਤਰਕਾਰ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਵਿਕਰਮ ਜੀ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਮੈਂ ਪ੍ਰੋਫੈਸਰ ਮਨਜੀਤ ਸਿੰਘ ਤੁਹਾਨੂੰ ਕਰਨਾ ਚਾਹੂੰਗਾ। ਪੀਸ ਜੈਸਟਰ ਦੀ ਗੱਲ ਕਰ ਰਹੇ ਇਮਰਾਨ ਖਾਨ, ਪੀਸ ਜੈਸਟਰ ਤੋਂ ਪੀਸ ਐਕਸ਼ਨ ਕਦੋਂ ਕਰਨਗੇ ਖਾਨ? ਦੇਖੋ, ਮੇਰਾ ਖਿਆਲ ਹੈ ਕਿ ਉਹਨਾਂ ਦੀਆਂ ਅੰਦਰੂਨੀ ਪ੍ਰੋਬਲਮਾਂ ਤਾਂ ਬਹੁਤ ਹੈਗੀਆਂ ਆ, ਕਿਉਂਕਿ ਜਿਹੜੀ ਉੱਥੇ ਦੀ ਰਾਜਨੀਤੀ ਹੈ ਜਾਂ ਉੱਥੋਂ ਦੀ ਜਿਹੜੀ ਪੋਲੀਟੀਕਲ ਪਾਰਟੀਜ਼ ਇੰਸਟੀਟਿਊਸ਼ਨਸ ਹੈਗੇ, ਉਹ ਉਨੇ ਇੰਪਾਵਰਡ ਨਹੀਂ ਜਿੰਨੇ ਹਿੰਦੁਸਤਾਨ ਦੇ ਵਿੱਚ ਹੈਗੇ। ਉੱਥੋਂ ਦੀ ਉਲਟਾ ਇਹ ਹੁੰਦਾ ਕਿ ਉਹਨਾਂ ਦੀਆਂ ਡਿਫੈਂਸ ਫੋਰਸਿਸ ਆ, ਦੇ ਆਲਵੇਜ਼ ਇਨਫਲੂਐਂਸ ਹੈਵੀਲੀ ਕਿ ਕੀ ਫੈਸਲਾ ਕਿੱਦਾਂ ਲੈਣਾ ਆ ਉੱਥੇ ਉਹਨਾਂ ਦੀਆਂ ਜਿਹੜੀ ਗਵਰਨਮੈਂਟ ਹੈਗੀ। ਇਸ ਕਰਕੇ ਇਹ ਜਿਹੜੀ ਪੀਸ ਦਾ ਤੁਸੀਂ ਕਹਿੰਦੇ, ਔਰ ਦੂਸਰਾ ਕੁਛ ਹੋਮ ਬਰੈਡ ਅਤੇ ਕੁਛ ਇੰਪੋਰਟਡ ਜਿਹੜੇ ਉੱਥੋਂ ਦੇ ਇਹੋ ਜਿਹੇ ਜੈਸੇ ਮੁਹੰਮਦ ਜਾਂ ਹੋਰ ਇਹੋ ਜਿਹੇ ਬਹੁਤ ਸਾਰੇ, ਉਹਨਾਂ ਦਾ ਨਾਮ ਕਿਉਂ ਨਹੀਂ ਲੈਂਦੇ ਇਮਰਾਨ ਖਾਨ ਸਾਹਿਬ? ਲੈਣਾ ਚਾਹੀਦਾ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਦਹਿਸ਼ਤਗਰਦੀ ਲਈ ਸਾਡੀ ਸਰਜਮੀ ਨਹੀਂ ਵਰਤੀ ਜਾਵੇ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਇਮਰਾਨ ਖਾਨ ਇਹ ਗੱਲ ਕਹਿ ਰਹੇ ਪਾਰਲੀਮੈਂਟ ਦੇ ਵਿੱਚ, ਨਾਮ ਲੈਣ ਤੋਂ ਘਬਰਾਉਂਦੇ ਕਿਉਂ? ਨਹੀਂ ਦੇਖੋ, ਘਬਰਾਉਣ ਦੀ ਗੱਲ ਇਹ ਹੈ ਕਿ ਅੱਜ ਹੀ ਦੇਖੋ ਉਹਨਾਂ ਦੇ ਹਾਈਕੋਰਟ ਦੇ ਜੱਜ ਦੇ ਉੱਤੇ ਗੋਲੀਆਂ ਮਾਰੀਆਂ ਉਹਨਾਂ ਨੇ। ਮੇਰਾ ਖਿਆਲ ਹੈ ਕਿ ਜੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਸਾਨੂੰ ਕਿਸੇ ਨੇ ਬਹੁਤਾ ਬਚਾਉਣਾ ਨਹੀਂ, ਕੋਆਪਰੇਟ ਨਹੀਂ ਕਰਨਾ ਜੇ ਅਸੀਂ ਇਹਨਾਂ ਨਾਲ ਪੰਗਾ ਲਿਆ, ਕਿਉਂਕਿ ਕਿਹਨੇ ਉਹਨਾਂ ਨੂੰ ਪੈਦਾ ਕੀਤਾ ਜਿਹੜੇ ਉੱਥੇ ਅੱਤਵਾਦ ਹੈ, ਕਿਹਨੇ ਪ੍ਰੋਟੈਕਸ਼ਨ ਦਿੱਤੀ, ਉਹ ਕੋਈ ਨਾ ਕੋਈ ਵਿੱਚੋਂ ਹੀ ਹੈਗੇ ਆ। ਜੇ ਉਹਨਾਂ ਦਾ ਸਾਥ ਨਹੀਂ ਤਾਂ ਉਹ ਇਹੋ ਜਿਹਾ ਵੱਡਾ ਆਪਣੀ ਵੱਲੋਂ ਕੋਈ ਕਾਰਨਾਮਾ ਨਹੀਂ ਕਰਨਾ ਚਾਹੁੰਦੇ, ਅਤੇ ਕਿਤੇ ਨਾ ਕਿਤੇ ਡਰ ਦਾ ਐਲੀਮੈਂਟ ਹੈਗਾ। ਇਸ ਕਰਕੇ ਉਹਨਾਂ ਨੂੰ ਦੋਹਰਾ ਸੋਚ ਪਾਉਂਦੇ ਕਿ ਭਾਰਤ ਪਾਕਿਸਤਾਨ ਜਾਂ ਹੋਰ ਵਿਸ਼ਵ ਦੇ ਖਿੱਤੇ ਜਿਹੜੇ ਹੈਗੇ ਉਹ ਅੱਤਵਾਦ ਤੋਂ ਪੀੜਤ, ਦਹਿਸ਼ਤਗਰਦੀ ਤੋਂ ਪੀੜਤ ਆ, ਅਸੀਂ ਇਸ ਤਰੀਕੇ ਨਾਲ ਕਿਉਂ ਨਹੀਂ ਸੋਚ ਪਾਉਂਦੇ? ਨਹੀਂ, ਬਿਲਕੁਲ ਇਹ ਠੀਕ ਹੈਗੀ ਆ, ਪਰ ਉਹਨਾਂ ਦੇ ਕੋਲ ਆਪ ਉਹ ਆਟੋਨਮਸ ਡਿਸੀਜਨ ਲੈਣ ਦੇ ਕਾਬਿਲ ਹੋਣ, ਅਤੇ ਤਾਂ ਜਾ ਕੇ ਬਾਕੀ ਗੌਰਮੈਂਟਾਂ ਨਾਲ, ਦੁਨੀਆ ਦੇਸ਼ ਵਿਦੇਸ਼ ਦੀਆਂ ਗੌਰਮੈਂਟਾਂ ਦੇ ਨਾਲ ਉਹ ਇੱਕ ਕੋਆਪਰੇਸ਼ਨ ਬਣਾ ਕੇ ਐਂਟੀ ਟੈਰਰਿਸਟ, ਐਂਟੀ ਦਹਿਸ਼ਤਵਾਦ ਦੇ ਵਿਰੁੱਧ ਕੋਈ ਨਾ ਕੋਈ ਮਹਾਜ ਖੜਾ ਹੋ ਸਕਦਾ, ਪਰ ਉਹ ਇੰਨੇ ਫ੍ਰੀ ਨਹੀਂ ਹੈ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ। ਇਹੀ ਕਾਰਨ ਹੈ ਕਿ ਇਮਰਾਨ ਖਾਨ ਦੇ ਬਿਆਨ ਆਰਮੀ ਲਿਖਦੀ ਹੈ ਉੱਥੋਂ ਦੀ, ਬਿਲਕੁਲ ਉਹ ਐਡਿਟ ਵੀ ਕਰਦੀ ਹੈ। ਠੀਕ ਹੈ, ਬ੍ਰਿਗੇਡੀਅਰ ਪ੍ਰਦੀਪ ਸ਼ਰਮਾ, ਇਮਰਾਨ ਖਾਨ ਪੀਸ ਜੈਸਟਰ ਦੀ ਗੱਲ ਕਰ ਰਹੇ ਆ, ਅਸੀਂ ਪਾਇਲਟ ਅਭਿਨੰਦਨ ਦੇ ਰੁਕ ਜਾਈਏ ਜਾਂ ਅਭਿਨੰਦਨ ਤੋਂ ਅੱਗੇ ਵੀ ਸੋਚਾਂਗੇ ਅਸੀਂ? ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣਾ ਆਪਣੇ, ਇੱਕ ਮਿੰਟ ਆ ਰਿਹਾ ਕਾਲੂ ਸਾਹਿਬ, ਮੈਂ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ ਨੂੰ ਸਵਾਲ ਕੀਤਾ, ਮੈਂ ਆ ਰਿਹਾ ਤੁਹਾਡੇ ਕੋਲ ਆ ਰਿਹਾ, ਤੁਹਾਡੀ ਮੁਬਾਰਕ ਕਬੂਲ ਹੈ ਸਾਰਿਆਂ ਨੂੰ। ਹਾਂਜੀ, ਬ੍ਰਿਗੇਡੀਅਰ ਪ੍ਰਦੀਪ ਸ਼ਰਮਾ, ਚਲੋ ਹਾਂਜੀ ਬਿਲਕੁਲ, ਮੈਂ ਕਹਿ ਰਿਹਾ ਸੀ ਪਾਇਲਟ ਅਭਿਨੰਦਨ ਤੋਂ ਅੱਗੇ ਅਸੀਂ ਕੀ ਸੋਚ ਰਹੇ ਹਾਂ? ਦੇਖੋ, ਇਹ ਪਾਇਲਟ ਪ੍ਰੋਜੈਕਟ ਸੇ ਕਾਮ ਖਤਮ ਨਹੀਂ ਹੋਗਾ, ਔਰ ਇਸਮੇ ਮੈਂ ਦੋ ਤਿੰਨ ਜੋ ਬਹੁਤ ਪੜ੍ਹੇ ਲਿਖੇ ਹੈ ਇਸ ਵਿਸ਼ੇ ਮੈਂ ਉਨਕੇ ਨਾਮ ਆਪਕੋ ਬਤਾਤਾ ਹੂੰ। ਇੱਕ ਹੈ ਡਾਕਟਰ ਅਜੇ ਸਾਨੀ, ਦੂਸਰੀ ਹੈ ਇੱਕ ਯੂ ਐੱਸ ਥਿੰਕ ਟੈਂਕ ਕੀ ਕ੍ਰਿਸਟੀਨ ਫੇਅਰ,
और तीसरा है कार्नेगी सेंटर का एशली टेलिस। इन तीनों के लेटेस्ट आर्टिकल्स भी अगर आप पढ़ो तो ये कहते हैं कि हिंदुस्तान पाकिस्तान के अंदर दो बेस, चार बेस, दो आतंकवादी, छः आतंकवादी भी अगर मार दे तब भी पाकिस्तान का रवैया नहीं बदलेगा। इनका एक सुझाव है कि हिंदुस्तान को चाहिए ये अपना डिफेंस मैकेनिज्म, अपने देश की अंदरूनी शक्ति, अपनी फोर्सेस, अपनी जनता को ये मजबूत बनाएं जिससे कि पाकिस्तानी या टेररिस्ट ग्रुप्स जो हैं वो हमला ना कर पाए हमारे साथ। और इस चीज़ को हिंदुस्तान इतनी गहराई में नहीं देख रहा। यानी कि तुसी ये गल कहना चाह रहे हो कि इंटरनल प्रॉब्लम्स है कि या सानू उन्हें सॉर्ट आउट करना चाहिए था, उस तो बाद आगे जाके सोच प्रॉब्लम्स नहीं। मैं क्या बोल रहा हूँ, इंटरनल अपनी सेंटर्स ऑफ पावर, नेशनल पावर, उसको आप बढ़ाइए और अपनी शक्ति बढ़ाइए ऐसे लोगों को नाकामयाब करने। मैंने थोड़ा डिटेल समझाओ, मैं ये चीज़ समझ नहीं आ रही। इंटरनल सेंटर पावर की तुसी गल कर रहे हो, इंटरनल सेंटर पावर का मतलब की? ओके, बाकी चीजें मैं छोड़ देता हूँ। हाँ, छोड़ दो। नेशनल पावर में कई एक चीजें आ जाती हैं जिसका एक अंग सिक्योरिटी और डिफेंस फोर्सेस भी है। ठीक है, ठीक है। इसमें आपकी पॉपुलेशन हो जाती है, इंडस्ट्रियल बेस हो जाता है, रॉ मटेरियल हो जाता है, बहुत कुछ, इकोनॉमी, इंटरनेशनल रिलेशंस, फॉरेक्स, बहुत कुछ हो जाता है। लेकिन आप सिर्फ इतना रख लीजिएगा, क्योंकि हम टेररिज्म और एडवर्सरीज की बात कर रहे हैं, तो आप अपनी सिक्योरिटी फोर्सेस को आप इतना कायम और स्ट्रॉन्ग बनाइए और अपनी जनता को इतना आप अवेयर कीजिए कि ऐसी हरकतें कामयाब ना हो हिंदुस्तान। ठीक है, तो सिक्योरिटी पावर की गल कर रहे हो तो पब्लिक पावर की गल कर रहे हो, दोनों गल कर रहे हो ना, दोनों चीज़ें। पॉलिटिकल लो, अभिनंदन कैप्टन विंग कमांडर अभिनंदन, तो अगे असं की सोच सकते हैं? पहली गल है, मैं तो हथियारबंद सेनावां नूं मुबारकबाद देना चाहुंदा, पर्टिकुलरली आर्मी, नेवी एंड एयरफोर्स। एयरफोर्स ने स्ट्राइक की, उदों बाद फौजां जिस तरीके नाल शक्तिशाली ढंग नाल तैनात उत्थे अपनी कार्रवाई कर रही ने, उन्होंने मुबारकबाद। और दूजी गल, दूजी गल मैं ये गल करना चाहुंदा कि उन्होंने परिवार को जिन्नी खुशी है, अभिनंदन के परिवार को, वह भी कोई अंदाजा नहीं लगा सकता, क्योंकि पहली बार होया पाकिस्तान के जदों तो पार्टीशन हुई, जदों तो बंटवारा होया, जदों भी जिस तरीके नाल, मैं पिछले कल भी तुहाड़े चैनल दे ये गल कही सी कि 47-48 जदों भी जंगी कैदी फड़े गए, उन्होंने बुरे तरीके नाल उन्हां दा दुर्व्यवहार किया, कोई उन्होंने किसे ह्यूमन राइट्स वायोलेशन हुई, किसे संधि दा, किसे दा भी उन्होंने कोई पाकिस्तान दे पीस जेस्चर दा वेलकम करना बंद है कि नहीं बंद? पाकिस्तान दे पीस जेस्चर दा जिहड़ी उन्होंने गल की इमरान खान, देखो उनका वेलकम करना बंद है कि नहीं? बिल्कुल बिल्कुल बिल्कुल, वो पीस ते जे शांति, कि असीं ये कहिए कि साडे अगे गोडे टेकते उन्हां नहीं कहिए, ये गल देखो, एक गल है कि साडी इच्छा शक्ति जरूर सी दिखाई है, ये पहली बार होया, मगर अज तक जे असीं इतिहास देखा जाइए, बार बार पाकिस्तान दे उत्ते देखो सारी जगह हार गए, पाकिस्तान की इस वेले कूटनीतिक चाल भी सी साड़ी वो जित है, प्लस असी इमरान खान ने जिहड़ी स्टेटमेंट दी है, मैं समझदा कि उहदे ते फौज का दबदबा है, फौज नहीं सी चाहती, मगर उसने ये स्टैप लिया, बार बार शांति की गल की है, और साढ़े जिन्हिया शहादत हुई ने उन्होंने परिवार को पुछ के देखो की हाल है, जंग किसी समस्या का हल नहीं, खास तौर पर इंडो पाक रिलेशन, ये बाकी जी पेरीफेरी तो साढ़े मुल्क है उन्होंने बड़ा बड़ा योगदान है, ठीक है, जिन्होंने इस मैं समझदा हूँ प्रक्रिया में एकदम इन्ना दबाव बनाया, और ये पिछे जरूर एक कूटनीतिक भी जिन्हों कहें बैक चैनल वर्क कर रहा है। ठीक है, विक्रमजीत जी, एक कूटनीतिक जो चैनल काम कर रहा है, डोनाल्ड ट्रंप का बयान होंगे एक चंगी खबर आने वाली हैगी है, डोनाल्ड ट्रंप इस सब के विचाले विचोल की कर रहे? आई थिंक डोनाल्ड ट्रंप की एक बड़ी क्लियर स्टेटमेंट आई है कि कुछ घंटे पहले कि कुछ बिग न्यूज़ आ रही है विच इंडिया और पाकिस्तान की जो टेंशन है वह रिड्यूस करेगा, और पैरेलल डेवलपमेंट यह है कि सऊदी अरेबिया के फॉरन मिनिस्टर हैज़ फ्लोन टू इस्लामाबाद विद अ मैसेज फ्रॉम द क्राउन प्रिंस, सो इट इज़ ऑब्वियस दैट बैकरूम नेगोसिएशंस एंड मीडिएशन has been done by powers like the US, Saudi Arabia, jero Saudi Arabia is very close to Pakistan also, unade ideological or strategic ties ne, to unhone kitna kite a deal jo glimmering of a deal jo shuru jo beginning shanu dikh rahi hai ke tusi pehla Pakistan nu ek unilaterally unhone onu IF de wing commander nu release kita, now we await what the Indian response is. I think इनु एक बड़ा clearly देखना पाएगा कि ए at the tactical level एक इंडिया की victory है
कि असी विद इन 24 आवर्स और स्लाइटली मोर असी एक बड़ा सीनियर ऑफिसर अनकंडीशनली ऑलमोस्ट रिलीज़ करवाता पाकिस्तान तो, क्योंकि पाकिस्तान सवेरे पाकिस्तान की स्टेटमेंट फॉरन मिनिस्टर की सी कि वी कैन नैगोशिएट ऑन हिम। और थोड़ी देर बाद फॉरन मिनिस्ट्री स्पोक्सपर्सन की स्टेटमेंट आई कि एक दो दिन विच डिसीजन ले लांगे, एंड बाय ईवनिंग द प्राइम मिनिस्टर ऑफ पाकिस्तान हैड कैपिटुलेटेड ऑलमोस्ट एंड सेड के वी विल रिलीज हिम। इमरान खान ने एक और भी स्टेटमेंट दी है कि मैं मोदी जी ने ट्राई करा सी गलबात कर ली, मोदी जी मेरे नहीं गल की, सो दैट मीनस इमरान इज अंडर लॉट ऑफ प्रेसर। एट द सेम टाइम इंडिया शुड बी वेरी केयरफुल। तुम कह रहे हो इमरान खान प्रेसर विच है, मेरा सवाल यह है कि इमरान खान जो पार्लीमेंट के बोलते हैं वो बैठ जाते हैं, उस तो बाद कहते हैं स्पीकर मैं एक गल कहना चाहता, एडा वड्डा बयान सी इमरान खान भुल किवें जांदे? नहीं भुल बिल्कुल नहीं जांदे, इट इज मतलब इट इज अ ड्रामा, इट इज अ टैक्टिकल ड्रामा टू शो द वर्ल्ड के बड़ी छोटी जी चीज़ है। एक्चुअली ये मेन पॉइंट सी उन्हां दा के इन्होंने रिलीज करना। एट द सेम टाइम इंडिया हैज़ टू बी वेरी केयरफुल के वॉज द रिलीज ऑफ द IAF विंग कमांडर आ स्ट्रैटेजिक ऑब्जेक्टिव ऑफ द एयर स्ट्राइक्स। ਸਾਡਾ ਸਟ੍ਰੈਟੇਜਿਕ ਓਬਜੈਕਟਿਵ ਸੀਗਾ ਕਿ ਜੈਸ਼ੇ ਮੁਹੰਮਦ ਨੂੰ, ਜੈਸ਼ੇ ਮੁਹੰਮਦ ਦੀ ਟੈਰਰ ਇਨਫਰਾਸਟ੍ਰਕਚਰ ਨੂੰ ਡਿਸਮੈਂਟਲ ਕਰੋ, ਜੈਸ਼ੇ ਮੁਹੰਮਦ ਦਾ ਚੀਫ ਜਿਹੜਾ ਰਾਵਲਪਿੰਡੀ ਬੈਠਾ ਹੈ ਉਹ 'ਤੇ ਪਾਕਿਸਤਾਨ ਐਕਸ਼ਨ ਲੇ। ਅੱਜ ਤੱਕ ਪਾਕਿਸਤਾਨ ਨੇ ਕੀ ਐਕਸ਼ਨ ਦਿੱਤਾ ਔਨ ਟੈਰਰ ਔਰ ਆਪਣਾ ਆਫਸਰ ਰਿਲੀਜ਼ ਕਰਵਾ ਕੇ, ਇਟ ਇਜ਼ ਨਾਟ ਅ ਬਿਗ ਵਿਕਟਰੀ। ਬਹੁਤ ਇੰਪੋਰਟੈਂਟ ਪੁਆਇੰਟ ਹੈ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਦੇਖੋ ਵਾਪਸ ਆ ਰਹੇ ਹਾਂ, ਸਵਾਲ ਹੈ ਕਿ ਇਹ ਪੁੱਛਾਂਗੇ ਕਿ ਅਭਿਨੰਦਨ ਤੋਂ ਬਾਅਦ ਅਸਲੀ ਪ੍ਰੈਸ਼ਰ ਆ ਜਿਹੜਾ, ਅਸਲੀ ਦਬਾਅ ਜਿਹੜਾ ਉਹ ਭਾਰਤ ਨੂੰ ਕਿਹੜੇ ਪਾਸਿਓਂ ਬਣਾਉਣਾ ਚਾਹੀਦਾ ਹੈਗਾ ਪਾਕਿਸਤਾਨ 'ਤੇ? ਜੇ ਪਾਕਿਸਤਾਨ 'ਤੇ ਦਬਾਅ ਬਣਾਉਣਾ ਚਾਹੀਦਾ ਹੈਗਾ ਤਾਂ ਉਹ ਉਸਦਾ ਹੱਲ ਮੈਂ ਵਾਰ ਵਾਰ ਇਸ ਮੰਚ ਤੋਂ ਕਹਿੰਦਾ, ਅੱਜ ਫਿਰ ਕਹਿ ਰਿਹਾ, ਲੜਾਕੂ ਜਹਾਜ਼ ਨਹੀਂ ਹੈ, ਕਿਉਂਕਿ ਟੌਕ ਸਾਨੂੰ ਕਰਨੀ ਚਾਹੀਦੀ ਹੈ, ਗੱਲਬਾਤ ਕਰਨੀ ਚਾਹੀਦੀ ਹੈ, ਪਰ ਉਸ ਗੱਲਬਾਤ ਦੇ ਵਿਚਾਲੇ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਅਤੇ ਪਾਕਿਸਤਾਨ 'ਤੇ ਭਰੋਸਾ ਕਿੰਨਾ ਕਰਨਾ ਚਾਹੀਦਾ, ਕਿਉਂਕਿ ਪਾਕਿਸਤਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਗੱਲ ਤੋਂ ਮੁੱਕ ਰਿਹਾ ਹੈਗਾ। ਉਸ 'ਤੇ ਸਵਾਲ ਬੜੇ ਬਰਕਰਾਰ ਹੈ ਕਿ ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛਾਂ ਕਿ ਕੌਮਾਂਤਰੀ ਭਾਈਚਾਰੇ ਦੀ ਗੱਲ ਇਮਰਾਨ ਖਾਨ ਕਰ ਰਿਹਾ, ਕੌਮਾਂਤਰੀ ਭਾਈਚਾਰੇ ਦੀ ਭੂਮਿਕਾ ਹੈ ਕਿ, ਇਮਰਾਨ ਖਾਨ ਦੇ ਬਿਆਨ ਵੀ ਸੁਣਾਂਗੇ, ਉਸ ਤੋਂ ਬਾਅਦ ਗੱਲਬਾਤ ਅੱਗੇ ਵਧਾਵਾਂਗੇ। ਬ੍ਰੇਕ ਤੋਂ ਵਾਪਸ ਆ ਰਹੇ ਅਤੇ ਸਵਾਲ ਇੱਕੋ ਪੁੱਛ ਰਿਹਾ, ਭਾਰਤ ਪਾਕਿਸਤਾਨ ਵਿੱਚ ਤਣਾਅ ਘਟਾਉਣ ਲਈ ਕੌਮਾਂਤਰੀ ਭਾਈਚਾਰਾ ਹਕੀਕਤ 'ਚ ਕੀ ਚਾਹੁੰਦਾ ਹੈਗਾ? ਅਤੇ ਇਸ ਸਵਾਲ 'ਤੇ ਅਸੀਂ ਬਹਿਸ ਕਰ ਰਹੇ ਹਾਂ। ਇਮਰਾਨ ਖਾਨ ਕਹਿ ਕੀ ਰਿਹਾ ਪਾਰਲੀਮੈਂਟ ਵਿੱਚ? ਉਹਨਾਂ ਨੇ ਮਹੱਤਵਪੂਰਨ ਬਿਆਨ ਹੋਰ ਵੀ ਦਿੱਤੇ ਸੀਗੇ, ਪਹਿਲਾਂ ਉਹ ਵੀ ਸੁਣ ਲਈਏ ਅਤੇ ਉਸ ਤੋਂ ਬਾਅਦ ਇਹ ਟੌਕ ਅੱਗੇ ਵਧਾਵਾਂਗੇ। ਕੋਈ ਕੌਮ ਤਰੱਕੀ ਨਹੀਂ ਕਰ ਸਕਦੀ ਜਦੋਂ ਥੋੜ੍ਹੇ ਸੇ ਲੋਕ ਅਮੀਰ ਹੋਂ ਔਰ ਬਾਕੀ ਗਰੀਬੋਂ ਕਾ ਸਮੁੰਦਰ ਹੋ। ਔਰ ਇਹ ਚਾਈਨਾ ਨੇ ਸ਼ੋ ਕੀਆ ਕਿ ਜਬ ਚਾਈਨਾ ਉੱਪਰ ਗਿਆ ਪਿਛਲੇ 30 ਸਾਲੋਂ ਕੇ ਅੰਦਰ, ਤੋ ਉਹਨੇ ਜੋ ਉਨਕੀ ਸਭਸੇ ਬੜੀ ਅਚੀਵਮੈਂਟ ਥੀ ਕਿ ਉਹਨੇ 70 ਕਰੋੜ ਲੋਕੋਂ ਕੋ ਗੁਰਬਤ ਸੇ ਨਿਕਾਲਾ। ਲੇਕਿਨ ਚਾਈਨਾ ਕੀ ਇੱਕ ਔਰ ਅਚੀਵਮੈਂਟ ਥੀ ਕਿ ਚਾਈਨਾ ਕੀ ਜਿਤਨੀ ਵੀ ਡਿਸਪਿਊਟਸ ਥੀ ਆਪਣੇ ਨੇਬਰਸ ਕੇ ਸਾਥ, ਚਾਈਨਾ ਨੇ ਉਨ ਡਿਸਪਿਊਟਸ ਕੋ ਬੜੀ ਮੈਚੋਰਲੀ ਹੈਂਡਲ ਕੀਆ। ਸਪੀਕਰ ਸਾਹਿਬ, ਉਸਕੇ ਬਾਅਦ ਇੱਕ ਅਪਰਚੁਨਿਟੀ ਮਿਲੀ ਔਰ ਹਮਨੇ ਸਮਝਾ ਕਿ ਕਰਤਾਰਪੁਰ ਕੋ ਹਮ ਖੋਲੇ, ਵੋ ਇੱਕ ਇੱਕ ਕੋਸ਼ਿਸ਼ ਥੀ ਕਿ ਯੇ ਹਮਾਰੀ ਆਗੇ ਬਾਤਚੀਤ ਬੜੇ, ਟੈਂਸ਼ਨਸ ਕਮ ਹੋ, ਡਾਇਲੋਗ ਸੇ ਮਸਲੇ ਹੱਲ ਹੋ, ਫਿਰ ਵੀ ਲੋਅਰ ਕਰੇ ਯੇ ਜੋ ਹਮਾਰੀ ਟੈਂਸ਼ਨਸ ਥੀ। ਬਦਕਿਸਮਤੀ ਸੇ ਫਿਰ ਵੀ ਹਮਨੇ ਰਿਅਲਾਈਜ਼ ਕੀਆ ਜੋ ਜਿਸ ਤਰ੍ਹਾਂ ਕਿ ਵਹਾਂ ਸੇ ਸਟੇਟਮੈਂਟਸ ਆ ਰਹੀਆਂ ਕਿ ਯੇ ਆਗੇ ਨਹੀਂ ਬੜੇਗਾ। ਬਹਰਹਾਲ ਹਮਨੇ ਸੋਚਾ ਕਿ ਇਲੈਕਸ਼ਨਸ ਕੀ ਹਮ ਇੰਤਜ਼ਾਰ ਕਰੇਂਗੇ, ਲੇਕਿਨ ਹਮ ਇੱਕ ਖੌਫ ਥਾ ਕਿ ਇਲੈਕਸ਼ਨ ਸੇ ਪਹਿਲੇ ਕੋਈ ਨਾ ਕੋਈ ਇੰਸੀਡੈਂਟ ਹੋਗਾ ਜਿਸ ਕੋ ਐਕਸਪਲੋਇਟ ਕੀਆ ਜਾਏਗਾ ਇਲੈਕਸ਼ਨਸ ਕੇ ਲੀਏ। ਦੁਨੀਆ ਕੀ ਤਾਰੀਖ ਉਠਾ ਕੇ ਦੇਖੇ, ਮੁਲਕ ਤਬਾਹ ਹੋਏ ਮਿਸਕੈਲਕੂਲੇਸ਼ਨਸ ਕੀ ਵਜ੍ਹਾ ਸੇ। ਯੇ ਜੋ ਸਾਥ ਹਮਾਰੇ ਅਫਗਾਨਿਸਤਾਨ ਮੇਂ ਮਿਸਕੈਲਕੂਲੇਸ਼ਨ ਥੀ, ਸੋਚਾ ਕਿ ਬੜੀ ਜਲਦੀ ਚੰਦ ਮਹੀਨੇ ਮੇਂ ਦੁਨੀਆ ਕੀ ਸਭਸੇ ਪਾਵਰਫੁਲ ਫੋਰਸ ਥੀ, ਖਤਮ ਹੋ ਜਾਏਗਾ ਸਭ ਕੁਛ। ਅੱਜ 17 ਸਾਲ ਕੇ ਬਾਅਦ ਅਗਰ ਉਹਨੇ ਇਤਨੀ ਦੁਨੀਆ ਕੀ ਇੱਕ ਵੋ ਫੌਜ ਜੋ ਕਿ ਦੁਨੀਆ ਕੀ ਤਾਰੀਖ ਮੇਂ ਕਭੀ ਇਤਨੇ ਅਜ਼ੀਮ ਹਥਿਆਰੋਂ ਕੇ ਸਾਥ ਨਹੀਂ ਆਈ, ਅਗਰ ਵੋ ਅੱਜ ਡਾਇਲੋਗ ਪੇ ਆ ਗਈ ਹੈ, ਤੋ ਜੰਗ ਸਲੂਸ਼ਨ ਮਸਲੋਂ ਕਾ ਨਹੀਂ ਹੈ। ਵਿਕਰਮਜੀਤ, ਮੈਨੂੰ ਇਸ ਬਿਆਨ ਤੇ ਤੁਹਾਡਾ ਜਵਾਬ ਚਾਹੀਦਾ, ਅਮਰੀਕਾ ਤੇ ਅਫਗਾਨਿਸਤਾਨ ਬਾਰੇ ਜਿਹੜਾ ਬਿਆਨ ਦਿੱਤਾ ਇਮਰਾਨ ਖਾਨ ਨੇ। ਆਈ ਥਿੰਕ ਇਮਰਾਨ ਦੀ ਗੱਲ ਬਿਲਕੁਲ ਸਹੀ ਹੈ ਕਿ ਵਾਰ ਅਸੀਂ ਸਟਾਰਟ ਕਰਦੇ ਹਾਂ ਵਿਦ ਅ ਪਰਟੀਕੁਲਰ ਕੈਲਕੂਲੇਸ਼ਨ ਔਰ ਵਿਦ ਇਨ 24 ਆਵਰਸ ਜਾਂ 48 ਆਵਰਸ ਉਹ ਪਲਾਨ ਠੱਪ ਹੋ ਜਾਂਦਾ ਹੈ। ਔਰ ਅਮੈਰੀਕਾ ਦਾ ਉਹਨੇ ਬੜਾ ਵਧੀਆ ਐਗਜ਼ਾਮਪਲ ਦਿੱਤਾ ਕਿ 17 ਸਾਲ ਬਾਅਦ ਅਮੈਰੀਕਾ ਹੁਣ ਆਲਮੋਸਟ ਬੈਗ ਕਰ ਰਿਹਾ ਕਿ ਸਾਨੂੰ ਇੱਥੋਂ ਜਾਣ ਦਿਉ। ਔਰ ਆਈ ਥਿੰਕ ਅਮੈਰੀਕਾ ਦਾ ਜਿਹੜਾ ਪ੍ਰੈਸ਼ਰ ਹੈ ਟੂ ਵਿਦਡਰੋਅ ਫਰੋਮ ਅਫਗਾਨਿਸਤਾਨ, ਐਂਡ ਟਰੰਪ ਇਜ਼ ਆਲਸੋ ਗੋਇੰਗ ਟੂ ਫੇਸ ਐਨ ਇਲੈਕਸ਼ਨ ਔਨ ਦਿਸ ਇਸ਼ੂ, ਤੂੰ ਅਮੈਰੀਕਾ ਨੂੰ ਅਫਗਾਨਿਸਤਾਨ ਤੋਂ ਕੱਢ ਕੇ ਲੈ ਕੇ ਨਹੀਂ ਆਇਆ, ਇਹ ਪਾਕਿਸਤਾਨ ਨੇ ਇੱਕ ਬੜਾ ਵੱਡਾ ਕਾਰਡ ਯੂਜ਼ ਕੀਤਾ ਇਨ ਦਾ ਇੰਡੋ ਪਾਕ ਟੈਂਸ਼ਨਸ, ਕਿਉਂਕਿ ਪਾਕਿਸਤਾਨ ਨੇ ਬਾਰ ਬਾਰ, ਪਹਿਲਾਂ ਪਾਕਿਸਤਾਨ ਅੰਬੈਸਡਰ ਟੂ ਅਫਗਾਨਿਸਤਾਨ ਨੇ ਸਟੇਟਮੈਂਟ ਦਿੱਤੀ ਸੀ
ਉਹਦੇ ਬਾਅਦ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਇਨ ਹਿਜ਼ ਇਨ ਦੇਅਰ ਇੰਟਰੈਕਸ਼ਨਸ ਵਿਦ ਦੀ ਅਮੈਰੀਕਨ ਕਾਊਂਟਰਪਾਰਟਸ ਕਿ ਅਗਰ ਤੁਸੀਂ ਇੰਡੀਆ ਔਰ ਪਾਕਿਸਤਾਨ ਵਿੱਚ ਇੰਟਰਵੀ ਨਹੀਂ ਕਰੋਗੇ ਟੈਂਸ਼ਨ ਵਿੱਚ ਤਾਂ ਅਸੀਂ ਤੁਹਾਡੀ ਅਫਗਾਨਿਸਤਾਨ ਵਿੱਚ ਤਾਲਿਬਾਨ ਜਿਹੜੀ ਪੀਸ ਟਾਕਸ ਚੱਲ ਰਹੀ ਹੈ ਉਹਨੂੰ ਅਸੀਂ ਖਤਮ ਕਰਾਂਗੇ ਔਰ ਉਹੀ ਗੱਲਾਂ ਵਾਪਸ ਤਾਲਿਬਾਨ ਦੀ ਆ ਜਾਣਗੀ ਅਫਗਾਨਿਸਤਾਨ ਵਿੱਚ ਐਂਡ ਯੂ ਵਿਲ ਨੋਟ ਬੀ ਏਬਲ ਟੂ ਲੀਵ ਅਫਗਾਨਿਸਤਾਨ ਸੂਨ ਸੋ ਇਹ ਕਿਤੇ ਨਾ ਕਿਤੇ ਪਾਕਿਸਤਾਨ ਹੈਜ਼ ਯੂਜ਼ ਦੈਟ ਕਾਰਡ ਔਨ ਅਫਗਾਨਿਸਤਾਨ ਵਿਦ ਅਮੈਰੀਕਾ ਔਰ ਭਾਰਤ ਨੂੰ ਕੀ ਇਸ਼ਾਰਾ ਭਾਰਤ ਨੂੰ ਇਹ ਇਸ਼ਾਰਾ ਹੈ ਕਿ ਤੁਸੀਂ ਸੋਚਦੇ ਜੰਗ ਸ਼ੁਰੂ ਕਰਕੇ ਤੁਸੀਂ ਆਪਣੇ ਸਟ੍ਰੈਟੇਜਿਕ ਓਬਜੈਕਟਿਵਸ ਦੋ ਚਾਰ ਸਟ੍ਰਾਈਕ ਕਰਕੇ ਅਚੀਵ ਕਰ ਲਓਗੇ ਲੇਕਿਨ ਜੰਗ ਕਿੱਥੇ ਜਾਂਦਾ ਹੈ ਉਹ ਵੀ ਡੋਂਟ ਨੋ ਵਿਚ ਇਜ਼ ਆਲਸੋ ਕਰੈਕਟ ਬਟ ਆਈ ਥਿੰਕ ਆਲ ਸੈਡ ਐਂਡ ਡਨ ਇਮਰਾਨ ਇਜ਼ ਆਲਸੋ ਰਿਵੀਲਿੰਗ ਦੈਟ ਇਹਨਾਂ ਕੋਲ ਇੰਨੀ ਕਪੈਸਿਟੀ ਨਹੀਂ ਹੈ ਟੂ ਫੇਸ ਫਰਦਰ ਐਸਕਲੇਸ਼ਨ ਆਫ ਮਿਲਟਰੀ ਐਕਸ਼ਨਸ ਇਹਨਾਂ ਨੇ ਕੱਲ੍ਹ ਜਿਹੜਾ ਏਅਰਫੋਰਸ ਸਟ੍ਰਾਈਕ ਕੀਤੀ ਸਾਡੇ ਐਲ ਓ ਸੀ ਦੇ ਅੱਗੇ ਉਹ ਬੜੀ ਲਿਮਿਟਿਡ ਜੀ ਹਲਕੀ ਜਿਹੀ ਸਟ੍ਰਾਈਕ ਸੀ ਉਹਨਾਂ ਨੇ ਬੰਬ ਸੁੱਟ ਕੇ ਪਿੱਛੇ ਹਟ ਗਏ ਇੱਕ ਸਾਡਾ ਏਅਰਕ੍ਰਾਫਟ ਡਾਊਨ ਕਰਤਾ ਉਹਨਾਂ ਦਾ ਵੀ F-16 ਡਿੱਗ ਗਿਆ ਔਰ ਅੱਜ F-16 ਦੀ ਫੋਟੋਗ੍ਰਾਫ ਵੀ ਆ ਗਈ ਤੇ ਪਹਿਲਾਂ ਉਹਨਾਂ ਨੇ ਕਿਹਾ ਵੀ F-16 ਦਾ ਹੀ ਵਰਤਦੇ ਨਹੀਂਗੇ ਨਹੀਂ ਉਹ ਵਰਤਦੇ ਨੇ ਉਹਨਾਂ ਨੇ ਪਹਿਲਾਂ ਕਿਹਾ ਸੀ ਉਸ ਤੋਂ ਬਾਅਦ ਤਸਵੀਰ ਆਉਂਦੀ ਨਹੀਂ ਵਰਤਦੇ ਸੀ ਬਟ ਓਨਲੀ ਨਾਟ ਇਨ ਐਨ ਆਫੈਂਸਿਵ ਰੋਲ ਇਟ ਕੈਨ ਬੀ ਇਨ ਅ ਡਿਫੈਂਸਿਵ ਰੋਲ ਉਹ ਤਾਂ ਡੀਲ ਦਾ ਹਿੱਸਾ ਨਾ ਉਹ ਡੀਲ ਦਾ ਹਿੱਸਾ ਸੋ ਆਈ ਥਿੰਕ ਉਹਦੀ ਫੋਟੋਗ੍ਰਾਫ ਵੀ ਆ ਗਈ ਇੱਕ ਪਲੇਨ ਦੇ ਨਹੀਂ ਉਹਨਾਂ ਨੇ ਬਿਆਨ ਦਿੱਤਾ ਸੀ F-16 ਨਹੀਂ ਵਰਤਿਆ ਹੀ ਨਹੀਂਗਾ ਇਸ ਮਾਮਲੇ ਚਲੋ ਦੈਟ ਇਜ਼ ਲੈਟਸ ਨਾਟ ਗੈਟ ਇਨਟੂ ਦੀ ਸਮਾਲਰ ਇਸ਼ੂ ਦਾ ਬਿਗਰ ਇਸ਼ੂ ਇਜ਼ ਕਿ ਪਾਕਿਸਤਾਨ is not able to escalate beyond a certain level they cannot take escalation or oh reveal ho raha hai ke bar bar pakistan eh keh raha hai ke talks karo talks karo talks karo ਉਹਨਾਂ ਦੇ ਫੋਰਨ ਮੰਤਰੀ ਬਾਰ ਬਾਰ ਆਲਮੋਸਟ ਮਿੰਤਾ ਕਰ ਰਹੇ ਨੇ ਤੁਸੀਂ ਦੇਖੋ ਕੱਲ੍ਹ ਇਹਨਾਂ ਨੇ ਏਅਰ ਸਟ੍ਰਾਈਕਸ ਕੀਤੀਆਂ ਇੰਨਾ ਕਮਾਂਡ ਦਿਖਾਇਆ ਹਮ ਵੀ ਸਟ੍ਰਾਈਕ ਕਰਾਂਗੇ ਯੇ ਕਰਾਂਗੇ ਅੱਜ ਇਮਰਾਨ ਖਾਨ ਮਿੰਤਾ ਕਰ ਰਿਹਾ ਕਿ ਮੈਂ ਮੋਦੀ ਜੀ ਨਾਲ ਗੱਲ ਕਰ ਰਿਹਾ ਮੇਰਾ ਫੋਨ ਨਹੀਂ ਚੱਕਦੇ ਸੋ ਇਹਦੇ ਨਾਲ ਸਾਨੂੰ ਇਹ ਬਿਲਕੁਲ ਕਲੀਅਰ ਇਨਫਰੈਂਸ ਹੈਗੀ ਹੈ ਕਿ ਪਾਕਿਸਤਾਨ ਇਜ਼ ਆਲਸੋ ਅੰਡਰ ਟ੍ਰਮੈਂਡਸ ਪ੍ਰੈਸ਼ਰ ਔਨ ਦ ਮਿਲਟਰੀ ਫੰਡ ਇਕਨੋਮਿਕਲੀ ਦੇ ਆਰ ਅੰਡਰ ਟ੍ਰਮੈਂਡਸ ਪ੍ਰੈਸ਼ਰ ਦੇ ਡੋਂਟ ਹੈਵ ਐਨੀ ਮਨੀ ਇਨ ਦ ਫੋਰਨ ਐਕਸਚੇਂਜ ਰਿਜ਼ਰਵਸ ਫਿਸਕਲ ਡੈਫਿਸਿਟ ਕਰੰਟ ਅਕਾਊਂਟ ਸੋ ਦੇ ਕੈਨੋਟ ਸਸਟੇਨ ਅ ਵਾਰ less than india india can still sustain it they can't mere kalo assi pakistan bare jadon gal karde ha pakistan talks di gal kar rahe maar baar vikram ji sirah ne kiya ki imran khan ne jehda parliament ch bayan ditta ki main mr modi na gal karn di koshish kar raha sawal eh hai ga talks di gal aundi hai jadon jadon pakistan ik passeyon kehnda ki assi 6 target mithe hoye sige f-16 assi vartya nahi ka pilots ohna ne 2 daste sige pehla sawal eh hai ga ki pakistan di kehdi gal te bharosa kita jave ਪਾਕਿਸਤਾਨ ਦੇ ਉੱਤੇ ਕਿਸੇ ਗੱਲ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਪਿਛਲਾ ਇਤਿਹਾਸ ਸਪਸ਼ਟ ਕਰਦਾ ਮਗਰ ਉਹਨੂੰ ਹੁਣ ਇਸ ਵੇਲੇ ਜਿਹੜੀ ਲੋੜ ਹੈਗੀ ਹੈ ਲੋੜ ਇਸ ਕਰਕੇ ਉਹਦੇ 'ਤੇ ਪ੍ਰੈਸ਼ਰ ਜਿੱਥੋਂ ਉਹ ਬੈਗਿੰਗ ਬਾਲ ਆਪਣਾ ਲੈ ਕੇ ਜਾ ਰਿਹਾ ਮੰਗਣ ਵਾਸਤੇ ਠੂਠਾ ਫੜ ਗਏ ਅਤੇ ਉਹਦੇ 'ਤੇ ਪ੍ਰੈਸ਼ਰ ਸਾਊਦੀ ਅਰੇਬ ਇਸਲਾਮਿਕ ਵਰਲਡ ਦੇ ਨਾਲ ਉਹਨੇ ਚਾਈਨਾ ਦੀ ਵੀ ਸਿਫਤ ਕੀਤੀ ਹੈ ਉਹ ਜਿਹੜੀ ਗੱਲ ਦੱਸੀ ਹੈ ਉਹ ਬੜੀ ਇੰਪੋਰਟੈਂਟ ਹੈ ਚਾਈਨਾ ਵੱਲੋਂ ਵੀ ਕੁਛ ਨਾ ਕੁਛ ਇਸ ਵੇਲੇ ਉਹਦੇ 'ਤੇ ਪ੍ਰਭਾਵ ਹੈਗਾ ਕਿ ਜੇ ਤੂੰ ਮੇਰੀ ਮਦਦ ਚਾਹੁੰਦਾ ਕਿ ਉਹ ਤਾਂ ਫਿਰ ਤੈਨੂੰ ਇੱਦਾਂ ਕਰਨਾ ਪਏਗਾ ਥੋੜ੍ਹਾ ਬਹੁਤਾ ਇੱਦਾਂ ਸਾਰੇ ਪਾਸਿਓਂ ਉਹ ਤਾਂ ਪਿਆ ਮਗਰ ਉਹ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਅੱਤਵਾਦੀ ਦਾ ਮਸਲਾ ਹੈ ਅੱਤਵਾਦ ਦਾ ਉਹ ਬਰਕਰਾਰ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਚੀਨ ਤੇ ਅਮਰੀਕਾ 'ਤੇ ਵਿਸ਼ਵਾਸ ਕਰ ਸਕਦੇ ਹਾਂ ਅਸੀਂ ਹਾਂਜੀ ਚੀਨ ਤੇ ਅਮਰੀਕਾ 'ਤੇ ਵਿਸ਼ਵਾਸ ਕਰ ਸਕਦੇ ਹਾਂ ਨਹੀਂ ਨਹੀਂ ਬਰ ਅਮਰੀਕਾ ਨੂੰ ਸਵਾਲ ਇਹ ਵੀ ਹੈਗਾ ਨਾ ਅਮਰੀਕਾ ਨੂੰ ਤੁਸੀਂ ਕਹਿ ਰਹੇ ਹੋ ਪਾਕਿਸਤਾਨ ਚਾਈਨਾ ਤੇ ਅਮਰੀਕਾ ਦੀ ਐਗਜ਼ਾਮਪਲ ਦੇ ਰਿਹਾ ਉੱਥੇ ਤੇ ਚੀਨ ਅਮਰੀਕਾ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਨਾ ਚੀਨ ਤੇ ਫਿਰ ਭਰੋਸਾ ਕਰੀਏ ਕਿੰਤੇ ਨੋ ਭਰੋਸਾ ਕਿਸੇ ਤੇ ਨਹੀਂ ਕਰਨਾ ਕਿਉਂ ਜੈਸ਼ ਏ ਮੁਹੰਮਦ ਹੋਏ ਜਾਂ ਹਾਫਿਜ਼ ਸਈਦ ਹੋਏ ਇਹ ਫਿਰ ਸਟ੍ਰਾਈਕ ਕਰਨਗੇ ਇਹਨਾਂ ਨੇ ਆਪਣਾ ਜਿਹੜਾ ਮੁੱਦਾ ਹੈ ਉਹ ਛੱਡਿਆ ਨਹੀਂ ਉਹ ਨਾ ਹੀ ਇਹਨਾਂ ਤੇ ਦੇਖ ਇੱਕ ਮਿੰਟ ਗੱਲ ਇੱਕ ਗੱਲ ਕਰੀਏ ਮੁਸ਼ਰਫ ਦੇ ਉੱਤੇ ਅਜ਼ਹਰ ਨੇ ਇਹਨੇ ਉਹ ਹਮਲਾ ਕੀਤਾ ਸੀ ਜਦੋਂ ਵਾਜ ਪ੍ਰੈਜੀਡੈਂਟ ਤੋ ਇਹਦੇ ਤੇ ਉਹਨਾਂ ਦੇ ਅੰਦਰ ਹੀ ਹੁਣ ਤੁਸੀਂ ਦੱਸਿਆ ਕਿ ਜੱਜ ਦੇ ਉੱਤੇ ਹਮਲਾ ਹੋਇਆ ਉੱਥੇ ਹਾਈਕੋਰਟ ਦੇ ਜੱਜ ਦੇ ਤੇ ਇਹਨਾਂ ਦੇ ਤੇ ਪਾਕਿਸਤਾਨ ਦੇ ਖੁਦ ਹਾਕਮ ਇੱਕ ਰਾਸ਼ਟਰਪਤੀ ਹੁੰਦੇ ਆਇਆ ਉਹ ਵਿਸ਼ਵਾਸ ਨਹੀਂ ਕੀਤਾ ਉਸਨੇ ਠੀਕ ਠੀਕ ਤੇ ਇਹ ਅਸੀਂ ਕਿੱਦਾਂ ਉਹ ਤੇ ਵਿਸ਼ਵਾਸ ਕਰ ਸਕਦੇ ਹਾਂ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ ਅਸੀਂ ਚਾਈਨਾ ਅਤੇ ਅਮਰੀਕਾ ਦੀ ਗੱਲ ਕਰ ਰਹੇ ਹਾਂ ਇਮਰਾਨ ਖਾਨ ਨੇ ਹੁਣੇ ਬਿਆਨ ਦਿੱਤਾ ਹੈਗਾ ਚਾਈਨਾ ਬਾਰੇ ਕਿਹਾ ਕਿ 70 ਕਰੋੜ ਲੋਕਾਂ ਨੂੰ ਉਹਨਾਂ ਨੇ ਗੁਰਬਤ ਚੋਂ ਕੱਢਿਆ ਹੈਗਾ ਅਮਰੀਕਾ ਬਾਰੇ ਉਹਨਾਂ ਨੇ ਕਿਹਾ 17 ਸਾਲ ਬਾਅਦ ਅਫਗਾਨਿਸਤਾਨ ਦਾ ਜ਼ਿਕਰ ਕੀਤਾ ਉਹਨਾਂ ਨੇ ਸਵਾਲ ਇਹ ਹੈਗਾ ਚਾਈਨਾ ਅਤੇ ਅਮਰੀਕਾ ਅਸਲ ਵਿੱਚ ਚਾਹੁੰਦੇ ਆ ਕਿ ਭਾਰਤ ਪਾਕਿਸਤਾਨ 'ਚ ਟੈਂਸ਼ਨ ਮੁੱਕ ਜਾਵੇ ਨਹੀਂ ਕੀ ਚਾਹੁੰਦੇ ਉਹ ਟੈਂਸ਼ਨ ਬਰਕਰਾਰ ਰਹੇ ਟੈਂਸ਼ਨ ਬਰਕਰਾਰ ਰਹੇ ਤਾਂ ਦੋਨੋਂ ਕੋ ਫਾਇਦਾ ਹੈ ਕੀ ਫਾਇਦਾ ਦੋਨੋਂ ਦੋਨੋਂ ਕੋ ਫਾਇਦਾ ਐਸਾ ਹੈ ਕਿ ਅਮਰੀਕਾ ਉਧਰ ਪਾਕਿਸਤਾਨ ਕੋ ਵੀ ਸਪਲਾਈ ਦੇਤੇ ਰਹਤਾ ਹੈ ਹਮੇ ਵੀ ਦੇਤਾ ਹੈ ਔਰ ਦੂਸਰੀ ਚੀਜ਼ ਇਹ ਹੈ ਕਿ ਦੇਸ਼ ਬਾਨੇ ਹਥਿਆਰ ਤਾਂ ਨਹੀਂ ਵੇਚਣੇ ਵੇਚਣਗੇ ਔਰ ਹਮਾਰੇ ਕੋ ਵੇਚਣਗੇ ਔਰ ਚਾਈਨਾ ਕੇ ਸਾਥ ਬੜਾਏਗੇ ਤੋ ਦੇਖੀਏ ਇੰਟਰਨੈਸ਼ਨਲ ਰਿਲੇਸ਼ਨਸ ਇੱਕ ਵਪਾਰ ਹੁੰਦਾ ਹੈ ਟ੍ਰੇਡ ਆਫ ਕਿ ਹਮ ਇਹ ਕਰੇਂਗੇ ਆਪਕੋ ਇਹ ਫਾਇਦਾ ਹੋਗਾ ਹਮੇ ਇਹ ਫਾਇਦਾ ਹੋਗਾ ਸੋ ਇਸੀ ਲਈ ਪਾਕਿਸਤਾਨ ਕੀ ਤਰਫ ਝੁਕਾਓ ਜ਼ਿਆਦਾ ਹੈ ਕਿਉਂਕਿ ਉਹ ਉਨਕੋ ਇੱਕ ਪਲੇਟਫਾਰਮ ਦੇਤਾ ਹੈ ਅਫਗਾਨਿਸਤਾਨ ਕੇ ਸਾਥ ਕਾਰਵਾਈ ਕਰਨੇ ਕੇ ਲੀਏ
और दूसरा चाइना के साथ दोस्ती करने के लिए, और चाइना का फायदा है उसको अफगानिस्तान और उसको पोर्ट्स मिल जाते हैं. तो दीज थिंग्स आर ऑलवेज अ ट्रेड ऑफ. ये ऐसा कोई नहीं होता कोई भला मानता है व्यापार हो रहा है. हाँ, ये भी व्यापार है, ये भी व्यापार है, आपस में टेंशन है, व्यापार है. हाँ, ये भी व्यापार है. एक छोटा ब्रेक लवांगे, ब्रेक तो वापस आवांगे. व्यापार हो रहा है, तो इस व्यापार के विचाले प्यार की गल किवें होगी. सवाल यह हैगा जो प्यार की गल असी सारे मिलकर करते हैं कि सानू बहुते थावां तो यह सुनने मिल रहा है कि मीडिया वो भूमिका नहीं निभा रहा. इमरान खान भी भारतीय मीडिया बारे बहुत बयान देंदे हैं. सवाल यह हैगा कि ये मीडिया, इस मीडिया नू कौन डिक्टेट कर रहा, कौन गाइड कर रहा है. जिहड़ा जिहड़ा इमरान खान ने गल कह रहे हैं कि साढ़े भी सोशल मीडिया से लगातार चर्चा चल रही है कि साडा मीडिया वो भूमिका अदा नहीं कर रहा है. भूमिका भारत पाकिस्तान के प्रधानमंत्री जिहड़ी उन्होंने अदा करनी चाहिए कि वो कर पा रहे हैं, दोनों मुल्कां दीआं फौजां की वो अदा कर पा रही है, दहशतगर्द के खिलाफ जिहड़ी उन्होंने भूमिका अदा करनी चाहिए है, पूरे विश्व नू की वह भूमिका अदा कर पा रहा है. सवाल सारे भूमिकावान से है, इसलिए असं सवाल पूछ रहे हैं कि ट्रंप कार्ड काम आया तो अगे कि ट्रंप कार्ड काम आएगा. ब्रेक तो वापस आ रहे हैं क्योंकि गल व्यापार की हो रही है, प्यार की तो हो ही नहीं रही. भारत पाकिस्तान में तनाव घटाने लिए कौमांतरी भाईचारा हकीकत की चाहता है, सवाल यही पूछ रहे हैं. इस से असी बहस भी कर रहे हैं. प्रसन्न मनजीत सिंह, इमरान खान ने एक पार्लीमेंट में गल कही साढ़े मुल्क का हीरो टीपू सुल्तान है, यह मतलब की समझा जाए. मैं पूरा उस स्पीच तो नहीं सुनी हैगी. उन्होंने सिंपल एक गल कही हैगी कि उदो बाद उत्थे मेज भी थपथकाए गए थपथपाए गए, उन्होंने आजादी का जिक्र किया तो गुलामी का जिक्र किया, तो उसके टीपू सुल्तान का जिक्र करके नहीं. बिल्कुल ये ठीक है क्योंकि जिस तरीके ने साढ़े जो इतने विरोधता होंगी है, जिस किस्म के साढ़े सोर्ड ऑफ टीपू सुल्तान जो बनया तो वो बाद भी एक किस्म का यह भी क्यों साढ़े तो जो उन्होंने हीरो नेचुरली एक किस्म का कम्यूनल जरा बनाते हैं. मैनू ये लगता कि इस कंटैक्सट में उन्होंने की कहना है, मैं उस गल बहुत नहीं समझ सकिया कि वो इस मैं उस कंटैक्सट में दस दो. बार बार वो भारत के प्रधानमंत्री मोदी तो यह सवाल चुकते हैं कि इलैक्शन करके इन्होंने सारा कुछ किया, इसका मतलब की है उन्होंने साड़ी इलैक्शन की क्यों टेंशन है. देखो ये कोई के पी सिंह दो राय नहीं हैगी, भावें तुम चाहो भावें ना चाहो इलैक्शन तो ये जुड़नगियाँ क्योंकि सारे अपोजिशन पार्टियां ने भी किया है. तो वैसे भी लोग ये गल दे बार बार सवाल करते हैं कि जे तुसी अतवाद नू खत्म करना है उत्थे पाकिस्तान दे विच तां वो हुणे ही पांच सात दिन पहला क्यों करना सीगा इलैक्शन तो तुसी साल पहला छे महीने पहला वो कहते अज का तो है नहीं गए जैसे जेडे मुहम्मद सारे वगैरह वगैरह जेडे उन्होंने जिन्ने भी है कि असी ये वेट कर रहे थे कि इतने साढ़े 40 नौजवान CRPF के मारे जाने तो फिर असं उदो बाद असं कोई ना कोई एक्शन करा. मेरा ख्याल है इंटैलीजेंस का फेलियर भी सीगा और किते ना किते इस गल का इंतजार किया जा रहा सीगा कि असी सर्जिकल स्ट्राइक पहला वांगू फिर उसका एक माहौल पैदा करके और वो होया भी एक दिन. मैं इस डिबेट दे विच ना वो चीज़ा नहीं करना चाहता क्योंकि असं डिबेट कर ली तो काम खत्म हो गया. मेरा सवाल बड़ा महत्वपूर्ण है. इन्होंने ब्रिगेडियर प्रदीप होरां ने गल कही है व्यापार हैगा, ਤੁਸੀਂ ਇਸ ਨੂੰ ਸਿਆਸਤ ਨਾਲ ਜੋੜ ਕੇ ਦੇਖ ਰਹੇ ਹੋ, ਅਸਲ ਵਿੱਚ ਲੋਕ ਕਿੱਥੇ ਖੜੇ ਫਿਰ ਜਾ ਕੇ? ਤੇ ਸਿਆਸਤ ਵੀ ਵਪਾਰ ਹੀ ਆ. ਵਪਾਰ ਸਿਆਸਤ ਵੀ ਵਪਾਰ ਆ. ਬਿਲਕੁਲ ਵਪਾਰ ਹੈਗਾ ਆ. ਹੋਰ ਕੀ ਆ, ਕਿੰਨੀ ਇਨਵੈਸਟਮੈਂਟ ਹੋਣੀ ਆ ਇਸ ਵੇਲੇ ਜਿਹੜੀਆਂ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਜਿੰਨਾ ਅਮਰੀਕਾ ਦੀ ਇਲੈਕਸ਼ਨ 'ਚ ਪਿਛਲੀ ਵਾਰੀ ਖਰਚਾ ਹੋਇਆ ਉਹਦੇ ਨਾਲੋਂ ਡੇਢ ਗੁਣਾ ਐਸਟੀਮੇਟਡ ਹੈ ਕਿ ਡੇਢ ਗੁਣਾ ਸਾਡੀਆਂ ਇਲੈਕਸ਼ਨਾਂ 'ਚ ਖਰਚਾ ਆਊਗਾ. ਜਿਹੜਾ ਇੰਨਾ ਵੱਡੇ ਪੱਧਰ ਦੇ ਉੱਤੇ ਤਕਰੀਬਨ 70,000 ਕਰੋੜ ਰੁਪਏ ਦਾ ਜੇ ਖਰਚਾ ਆਊਗਾ ਤਾਂ ਕਿੱਥੋਂ ਕੱਢਣਾ ਹੈ ਉਹ? ਤੇ ਇਸ ਕਰਕੇ ਵਪਾਰ ਤਾਂ ਹੈ ਹੀ ਹੈ, ਜਿਹੜੇ ਦੇਣਗੇ ਫੰਡ ਉਹ ਲੈਣਗੇ ਵੀ. इस व्यापार के विचाले ये कह रहे सियासत भी व्यापार है, इस व्यापार के विचाले तो जिहड़े शहादत हासिल कर रहे हैं, जिहड़े शहादत पा रहे जवान, उन्होंने बेचारे का कसूर की है? जिहड़े सराद ते पिंड वाले लोग बैठे है उन्होंने कसूर की हैगा? फिर उन्होंने कोई पुछ गिछ नहीं हैगी, उन्होंने कुछ नहीं है. उन्होंने देखो अपमान हो रहा बिल्कुल, मैं कई जगह देखा दे जिदा कि आ जड़े हुण CRPF जिन्हों कहते हो तुसी सेंट्रल आर्म पुलिस फोर्सेस, इन्हां वास्ते कोई नीति नहीं हैगी. इन्हां दे जड़े हुण 40 तो उत्ते बाद मारे गए या पहलों भी शायद ही उद मारे गए, तो वो क्यों? क्योंकि जदों लोड़ पैंदी है, जदों खतरा पैंदा है, उदों ते फौज याद आ जांदी है, जदों खतरा टल जांदा है ये सब कुछ भुल जांदे ने. तो क्यों इन्होंने व्यापार ते जिहड़ी गल होई है बिल्कुल सही है टू दैट एन एक्सटेंट कि बे देखो जदों सर्जिकल स्ट्राइक हुई 16 उदू बाद इलैक्शन च यूपी च खूब एदियां पिक्चर बनिया, एदा पूरा एक्सप्लाइट किया गया. हुण भी लोग ही समझते हैं, मैं तो उन्होंने भावना दस रहा, वो कहते हैं कि कितने फिर हुण इहो गल तो नहीं होएगी. तो अजकल बहुत सारे वोटर बड़े सियाने हो गए ने, बड़े सूझवान ने. इमरान खान व्यापार कर रहे हैं, इमरान खान भी व्यापार कर रहे हैं? नहीं, ये कह रहे सियासत व्यापार. इमरान खान यस, उन्हें पैसा चाहिए, उन्हें सपोर्ट चाहिए. नहीं, करतारपुर व्यापार का हिस्सा. फिर करतारपुर व्यापार का हिस्सा? नहीं, करतारपुर उन्हें ऑफर किया, उन्हें क्या मैं ऑफर किया कि भाई वो
ਇਸ ਪਾਸੋਂ ਕਹਿ ਰਿਹਾ ਕਿ ਸ਼ਾਂਤੀ ਪ੍ਰਕਿਰਿਆ ਕਰਨ ਵਾਸਤੇ, ਇੱਕ ਰਿਲੇਸ਼ਨ ਬਣਾਉਣ ਵਾਸਤੇ, ਈਸਟ ਵੈਸਟ ਪੰਜਾਬ 'ਚ ਇੱਕੋ ਭਾਸ਼ਾ ਇੱਕੋ ਸੱਭਿਆਚਾਰ ਰਿਹਾ ਅਤੇ ਉਹਨੂੰ ਜੋੜਨ ਵਾਸਤੇ ਉਹਨੂੰ ਅਸੀਂ ਜੇ ਕੋਈ ਕੰਮ ਦੀ ਗੱਲ ਕਰਦਾ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਬਿਲਕੁਲ, ਮੈਂ ਸਮਝਦਾ ਕਿ ਕਰਤਾਰਪੁਰ ਲਾਂਘੇ ਵਾਲੀ ਜਿਹੜੀ ਗੱਲ ਹੈ ਜਿੱਥੇ ਹਾਲੇ ਵੀ ਕਾਇਮ ਹੈ ਉਹਦਾ ਨੁਕਸਾਨ ਨਾ ਹੋਏ, ਕਿਤੇ ਆ ਜੰਗ ਛਿੜ ਗਈ ਅਤੇ ਫਿਰ ਉਹਦੇ ਵਿੱਚ ਇਹ ਨਾ ਕਿਤੇ ਮਸਲਾ ਕਿਤੇ ਗਾਇਬ ਹੋ ਜਾਏ। ਬਿਲਕੁਲ ਠੀਕ ਹੈ, ਦੋ ਗੱਲਾਂ ਉਹਨੇ ਬਹੁਤ ਇੰਪੋਰਟੈਂਟ ਕਹੀਆਂ ਜਿਹੜੀਆਂ ਕਹਿੰਦਾ ਜੀ, ਚਾਈਨਾ ਨੇ ਦੋ ਗੱਲਾਂ ਕੀਤੀਆਂ, ਆਪਣੀ ਅੰਦਰੂਨੀ ਜਿਹੜੀ ਗਰੀਬੀ ਉਹਨੇ ਹਟਾਈ ਜਿਹੜੀ ਬਹੁਤ ਜ਼ਿਆਦਾ ਅਨਈਵਨੈਸ ਸੀਗੀ, ਔਰ ਦੂਸਰਾ ਆਪਣੇ ਆਂਢੀ ਗੁਆਂਢੀ ਨਾਲ ਸ਼ਾਂਤੀ ਬਣਾਈ। ਮੇਰਾ ਖਿਆਲ ਹੈ ਕਿ ਜੇ ਇਹ ਅਪਰੋਚ ਆ ਉਹ ਸਰਫਸ ਲੈਵਲ 'ਤੇ ਸਟੇਟਮੈਂਟ ਪਬਲਿਕ ਕੰਜਮਪਸ਼ਨ ਲਈ, ਮੀਡੀਆ ਦੀ ਕੰਜਮਪਸ਼ਨ ਲਈ ਨਾ ਹੋਣ, ਜੇ ਉਹ ਇਹ ਰੀਅਲੀ ਮੀਨ ਅਤੇ ਜਿੰਨੀ ਗਰੀਬੀ ਉਹਨਾਂ ਦੇ ਉੱਤੇ ਆ, ਜੇ ਉਹਦੇ 'ਤੇ ਫੋਕਸ ਕਰਨਾ ਚਾਹੁੰਦੇ ਆ, ਲੜਾਈ ਤੋਂ ਹਟਣਾ ਚਾਹੁੰਦੇ ਆ, ਤਾਂ ਇਹ ਤਾਂ ਇੱਕ ਸਮਝ ਲਓ ਕਿ ਆਰਮੀ ਦਾ ਚੇਂਜ ਆਫ ਹਾਰਟ ਆ ਉੱਥੋਂ ਦੀਆਂ ਡਿਫੈਂਸ ਫੋਰਸਿਸ ਦਾ, ਜਿਹਨੂੰ ਸਾਨੂੰ ਰਾਤ ਬਾਰ ਬਾਰ ਪ੍ਰੈਸ ਕਰਨਾ ਚਾਹੀਦਾ, ਔਰ ਇਸ ਗੱਲ 'ਤੇ ਇਮਰਾਨ ਦੇ ਨਾਲ ਖੜੇ ਹੋਣਾ ਚਾਹੀਦਾ ਤਾਂ ਕਿ ਉੱਥੇ ਉਹਨਾਂ ਦੀ ਗੌਰਮੈਂਟ ਦਾ ਡੈਮੋਕ੍ਰੈਟਿਕਲੀ ਇਲੈਕਟਿਡ ਗੌਰਮੈਂਟ ਥੋੜ੍ਹਾ ਬਹੁਤ ਦਬਦਬਾ ਬਣਿਆ ਰਹੇ। ਕਹਿ ਰਹੇ ਸਿਆਸਤ ਵਪਾਰ ਹੁੰਦੀ ਹੈ, ਮੈਂ ਤਾਂ ਸਵਾਲ ਕੀਤਾ। ਦੇਖੋ, ਜਿਹੜੀ ਵਪਾਰ ਤੇ ਆ, ਇਨਵੈਸਟਮੈਂਟ ਤੇ ਹੈ, ਖਰਚੇ ਤੇ ਹੈ, ਉਹਨਾਂ ਦੇ ਵੀ ਖਰਚੇ ਹੈ, ਪਰ ਸਿਆਸਤ ਕੱਲੀ ਤੁਸੀਂ ਚੋਣ ਤੋਂ ਬਾਅਦ ਉਹਦੇ ਤੁਹਾਡੀ ਕਾਰਵਾਈ ਕੀ ਆ ਉਹਦੀ ਮੈਂ ਗੱਲ ਕਰ ਰਿਹਾ ਹਾਂ ਕਿ ਉਹਦੇ ਵਿੱਚ ਵਪਾਰ ਚੱਲਦੇ ਆ, ਤੁਹਾਡੇ ਆ ਰਫਾਲ ਡੀਲ ਦਾ ਇੰਨਾ ਰੌਲਾ ਕਿਤੋਂ ਪਿਆ, ਉਹ ਸਾਰਾ ਕੁਝ ਕਿੰਨੀਆਂ ਹਰ ਡੀਲ ਦੇ ਵਿੱਚ ਜਿਹੜੀਆਂ ਕਿਕ ਬੈਕਸ ਆਉਂਦੀਆਂ, ਕੇ ਪੀ ਸਿੰਘ ਆਪਾਂ ਜਾਣਦੇ ਹਾਂ, ਔਰ ਹਿਸਟੋਰੀਕਲੀ ਆਉਂਦੀਆਂ, ਔਰ ਗਾਂ ਵੀ ਆਉਂਦੀਆਂ ਰਹਿਣਗੀਆਂ, ਜਿਹੜਾ ਫੜਿਆ ਗਿਆ ਉਹ ਚੋਰ ਨਹੀਂ ਤੇ ਠੀਕ ਹੈ। ਮਤਲਬ ਜਿਹੜੀ ਗੱਲ ਹੋ ਰਹੀ ਹੈ ਟ੍ਰੇਡ ਆਫ, ਉਹਨੂੰ ਟ੍ਰੇਡ, ਹਾਂ ਟ੍ਰੇਡ ਆਫ, ਔਰ ਉਹਨੂੰ ਜਿਹੜਾ ਪੈਸਾ ਦਾਨ ਮਿਲਣਾ ਹੈ, ਉਹਨੂੰ ਮੈਂ ਸਮਝਦਾ ਉਹਨੂੰ ਇਸ ਵੇਲੇ ਸਪੋਰਟ, ਇਕਨੋਮਿਕਸ ਉਹਦੀ ਜਿਹੜੀ ਆਰਥਿਕ ਸਥਿਤੀ ਹੈ ਬਹੁਤ ਮਾੜੀ ਹੈ, ਉਹਨੂੰ ਪੈਸੇ ਦੀ ਲੋੜ ਹੈ, ਗਰੀਬੀ ਹਟਾਉਣੀ ਹੈ ਤੇ ਪੈਸਾ ਚਾਹੀਦਾ। ਪ੍ਰਗਟੇ ਪ੍ਰਦੀਪ ਸ਼ਰਮਾ, ਇਸ ਟ੍ਰੇਡ ਦੇ ਵਿਚਾਲੇ ਟੈਨਸ਼ਨ ਕਿਵੇਂ ਘੱਟ ਹੋਊਗੀ? ਆਪ ਦੇਖੋ, ਮੈਂ ਆਪਸੇ ਉਸੇ ਪਹਿਲੇ ਇੱਕ ਐਗਜ਼ਾਮਪਲ ਉਦਾਹਰਨ ਦਿੱਤਾ ਹਾਂ। ਬ੍ਰਿਗੇਡ ਕਾਲੋ ਨੇ ਬੋਲਾ ਕਿ, ਔਰ ਆਪਨੇ ਸਵਾਲ ਪੁੱਛਾ ਕਿ ਜੋ ਸਰਹੱਦ ਪੇ ਮਰ ਰਹੇ ਹੈ, ਜਿਨਕੀ ਜਾਨ ਜਾ ਰਹੀ ਹੈ, ਉਨਕਾ ਕਿਆ? ਆਪ ਕਿਸੀ ਕਾਰਪੋਰੇਟ ਕੇ ਪਾਸ ਜਾਓ ਔਰ ਉਸਕੋ ਅਗਰ ਆਦੇਸ਼ ਮਿਲ ਜਾਏ ਕਿ ਆਪ ਡਾਊਨ ਸਾਈਜ਼ ਕਰੋ, ਆਪਣੇ ਮੈਨ ਪਾਵਰ ਕਮ ਕਰੋ, ਤੋ ਸਭਸੇ ਪਹਿਲੇ ਉਹ ਸਿਕਿਉਰਿਟੀ ਵਾਲੇ ਕੋ ਨਿਕਾਲਤੇ ਹੈਂ, ਉਸਕੋ ਤਭੀ ਯਾਦ ਕਰਤੇ ਹੈ ਜਬ ਵਹਾਂ ਡਾਕਾ ਪੜਤਾ ਹੈ। ਤੋ ਹਮਾਰੀ ਵੀ ਜੋ ਸਿਕਿਉਰਿਟੀ ਫੋਰਸਿਸ ਹੈਂ ਔਰ ਜੋ ਡਿਫੈਂਸ ਫੋਰਸਿਸ ਹੈਂ, ਇਨਕੀ ਇਸੀ ਤਰੀਕੇ ਸੇ ਟ੍ਰੀਟਮੈਂਟ ਕੀ ਜਾ ਰਹੀ ਹੈ, ਇਨਕਾ ਅਨਦੇਖਾ ਹੋ ਰਹਾ ਹੈ, ਐਂਡ ਸੋਰੀ ਟੂ ਸੇ ਡਿਫੈਂਸ ਬਜਟ ਵੀ ਕਮ ਹੋ ਗਿਆ। ਜਬ ਮੈਨੇ ਆਪਕੋ ਬੋਲਾ ਬਿਲਡ ਨੈਸ਼ਨਲ ਪਾਵਰ, ਡਿਫੈਂਸ ਐਂਡ ਸਿਕਿਉਰਿਟੀ ਫੋਰਸਿਸ ਆਰ ਵਨ ਪਿਲਰ ਆਫ ਨੈਸ਼ਨਲ ਪਾਵਰ, ਸਟਰੈਂਥਨ ਯੋਰ ਨੈਸ਼ਨਲ ਪਾਵਰ। ਇਮਰਾਨ ਖਾਨ ਔਰ ਐਨੀਬਡੀ ਐਲਸ, ਦੇਖੀਏ 2009 ਮੇਂ ਮੈਨੇ ਇੱਕ ਇਜ਼ਰਾਈਲੀ ਡੈਲੀਗੇਸ਼ਨ ਕੇ ਸਾਥ ਕਾਨਫਰੰਸ ਕੀ ਥੀ ਨੈਸ਼ਨਲ ਸਿਕਿਉਰਿਟੀ ਕੇ ਉੱਪਰ, ਔਰ ਜੋ ਵਹਾਂ ਸੇ ਉਨਕੇ ਕਰਨਲ ਸਾਹਿਬ ਆ ਰੱਖੇ ਥੇ, ਉਨਕੋ ਮੈਨੇ ਭਰੀ ਜਨਤਾ ਮੇਂ ਪੂਛਾ ਕਿ ਜਬ ਆਪਕੇ ਯਹਾਂ ਆਤੰਕਵਾਦੀ ਹਮਲਾ ਹੋਤਾ ਹੈ ਤੋ ਆਪ ਕਿਆ ਅਮੇਰਿਕਾ ਕੋ ਬੋਲਤੇ ਹੋ ਵੋ ਆ ਕਰਕੇ ਆਪਕੀ ਰਕਸ਼ਾ ਕਰੇ? ਤੋ ਉਸਨੇ ਬੜੇ ਗਰਵ ਸੇ ਛਾਤੀ ਤਾਨ ਕੇ ਬੋਲਾ, ਕਿਉਂ ਹਮ ਖੁਦ ਇਤਨੀ ਸ਼ਮਤਾ ਰੱਖਤੇ ਹੈ ਕਿ ਉਨਕੋ ਠੋਕੇ ਵਾਪਸ, ਹਿੰਦੁਸਤਾਨ ਕੋ ਆਪਣੇ ਪੈਰੋਂ ਪੇ ਖੜਾ ਹੋਣਾ ਪੜੇਗਾ, ਨਾ ਡਿਫੈਂਸ ਪ੍ਰੋਡਕਸ਼ਨ ਹਮਾਰੀ ਮਜ਼ਬੂਤ ਹੈ, ਨਾ ਡੀ ਆਰ ਡੀ ਓ ਠੀਕ ਹੈ, ਨਾ ਕੋਈ ਐਚ ਏ ਐਲ ਠੀਕ ਕੰਮ ਕਰ ਰਿਹਾ ਹੈ, ਨਾ ਹਮਾਰੀ ਡਿਫੈਂਸ ਯੂ ਪੀ ਐੱਸ ਯੂਜ਼ ਠੀਕ ਕੰਮ ਕਰ ਰਹੀ ਹੈ, ਪਿਛਲੇ 70 ਸਾਲੋਂ ਸੇ ਐਸਾ ਸੋਤੇ ਹੋਏ ਪੜੇ ਹੈ ਸਾਰੇ ਕਰਪਸ਼ਨ ਕੇ ਕਾਰਨ। ਇਹਦਾ ਮਤਲਬ ਹੈ ਜਿਹੜੀ ਕਰਪਸ਼ਨ ਤੁਸੀਂ ਗੱਲ ਕਰਦੇ ਹੋ ਬ੍ਰਿਗੇਡ ਸ਼ਰਮਾ, ਸਾਡਾ ਅੰਦਰੂਨੀ ਢਾਂਚਾ ਹਿੱਲ ਚੁੱਕਿਆ, ਹਿੱਲ ਚੁੱਕਿਆ, ਇਸ ਲਈ ਜਿਹੜੇ ਹੋਰ ਮੁਲਕ ਹੈਗੇ ਸਾਡੇ 'ਤੇ ਦਬਾਅ ਪਾ ਰਹੇ ਆ। ਆਪ ਮੇਰੀ ਔਰ ਇੱਕ ਚੀਜ਼ ਕਾ ਸਵਾਲ ਦੀਜੀਏਗਾ, ਆਪ ਇਤਿਹਾਸ ਹਿੰਦੁਸਤਾਨ ਕੇ ਇਤਿਹਾਸ ਮੇਂ ਕਭੀ ਆਪਨੇ ਸੁਣਾ ਹੈ 700 ਸੈਨਿਕ ਅਧਿਕਾਰੀ ਸੁਪਰੀਮ ਕੋਰਟ ਕੇ ਦਰਵਾਜ਼ੇ ਖਟਖਟਾਏ? ਹਮਾਰੀ ਅੰਦਰੂਨੀ ਹਾਲਤ ਇਤਨੀ ਮਜ਼ਬੂਤ ਨਹੀਂ ਹੈ, ਹਮੇਂ ਚਾਹੀਏ ਇਸਕੋ ਮਜ਼ਬੂਤ ਕਰਨਾ, ਔਰ ਜੋ ਕੁਰਬਾਨੀਆਂ ਦੇ ਰਹੇ ਹੈ ਉਨਕੋ ਔਰ ਉਨਕੇ ਪਰਿਵਾਰੋਂ ਕੀ ਸਹੀ ਦੇਖਭਾਲ ਕਰਨਾ। ਹਾਂ, ਫਟਾਫਟ ਜੋ ਮੈਂ ਜੋ ਪਹਿਲੋ ਇਹ ਜਿਹੜੀ ਗੱਲ ਕਹੀ ਹੈ ਮੈਂ ਸਹਿਮਤ ਹਾਂ ਉਹਨਾਂ ਦੇ, 700 ਜੋੜੇ ਅਧਿਕਾਰੀ ਜਦੋਂ ਕੰਮ ਖਤਰਾ ਟਲ ਜਾਂਦਾ ਸਭ ਭੁੱਲ ਜਾਂਦੇ, ਹੁਣ ਕੀ ਹੋਇਆ ਜਿਹੜੇ ਕਿ ਅਪਾਹਜ ਹੋ ਗਏ, ਜਿਹੜੇ ਜ਼ਖਮੀ ਹੋਏ, ਜਿਹੜੇ ਨਿਖਾਰਾ ਹੋ ਗਏ, ਉਹ ਸਹਾਰਾ ਲੈ ਰਹੇ ਨੇ ਉੱਥੇ ਸੁਪਰੀਮ ਕੋਰਟ ਦਾ, ਉਹ ਆਰੋਪੀ ਹਾਲੇ ਬੈਠੇ ਨੇ ਉੱਥੇ, ਕਹਿੰਦੇ ਕਰ ਦਿੱਤਾ ਕਰ ਦਿੱਤਾ, ਉਹਦੀਆਂ ਉਤਾਈਆਂ ਦੂਰ ਨਹੀਂ ਹੋਈਆਂ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਅੰਦਰੂਨੀ ਸਿੱਖਿਆ ਪੱਖੋਂ, ਕੇ ਪੀ ਜੀ ਘਰ ਪੱਕਾ ਰੱਖੋ ਤੇ ਚੋਰ ਕਿਸੇ ਨੂੰ ਆਖੋ ਨਾ। ਬਿਲਕੁਲ, ਮੈਂ ਸਮਝਦਾ ਹਾਂ ਘਰ ਜੇ ਪੱਕਾ ਨਹੀਂ ਰੱਖਣਾ, ਪੱਕੇ ਤੋਂ ਮਜ਼ਬੂਤੀ, ਪੱਕੇ ਵਾਲੀ ਮਜ਼ਬੂਤੀ ਘਰ ਦੀ ਨਹੀਂ ਰਹੀ ਤਾਂ ਉਹਦਾ ਕਸੂਰ ਕਿੰਨਾ? ਨਹੀਂ, ਸਾਡੇ ਸਿਆਸਤਦਾਨ ਕਸੂਰਵਾਰ ਨੇ, ਜਦੋਂ ਸਿਚੁਏਸ਼ਨ ਕੰਟਰੋਲ ਕਰਤੀ
ਭਾਵੇਂ ਈਸਟਰਨ ਸੈਨੇਟਰ ਜਾਂ ਇਸ ਪਾਸੇ, ਉਦੋਂ ਬਾਅਦ ਸਰਕਾਰ ਜਿਹੜੀ ਕਾਇਮ ਹੋਈ ਉਹਨੇ ਕੰਟਰੋਲ ਠੀਕ ਨਹੀਂ ਕੀਤਾ, ਸਮੱਸਿਆ ਹੱਲ ਨਹੀਂ ਕਰਨ ਦਿੱਤੀ, ਗਰੀਬੀ ਆਦੀ, ਅਨਪੜ੍ਹਤਾ ਰੱਖਦੀ, ਉੱਥੇ ਦੇਖੋ ਚੋਰ ਬਜ਼ਾਰੀ ਵੀ ਹੈ, ਫੰਡ 'ਤੇ ਇਹੋ ਹੀ ਹਜ਼ਮ ਕਰ ਜਾਂਦੇ ਨੇ। ਔਰ ਉੱਥੇ ਮੈਂ ਸਮਝਦਾ ਹਾਂ ਜਿਹੜੀ ਅਨਇੰਪਲਾਇਮੈਂਟ ਇੰਨੀ ਜ਼ਿਆਦਾ, ਬੱਚੇ ਲੋਕ ਹੁਣ ਉਸ ਪਾਸੇ ਜਾ ਰਹੇ ਨੇ, ਰੈਡੀਕਲਾਈਜੇਸ਼ਨ ਹੋ ਰਹੀ ਹੈ, ਅਤੇ ਸਾਡੇ ਜਿਹੜੇ ਇਲੈਕਟਡ ਮੈਂਬਰ ਕਿਸੇ ਪਾਰਟੀ ਦੇ ਹੋਣ, ਖਾਸ ਤੌਰ 'ਤੇ ਕਸ਼ਮੀਰ, ਇਹ ਜ਼ਿੰਮੇਵਾਰ ਨੇ ਬਹੁਤ ਜ਼ਿਆਦਾ। ਵਿਕਰਮਜੀਤ, ਮੈਂ ਬ੍ਰੇਕ ਲੈਣੀ, ਬ੍ਰੇਕ ਤੋਂ ਪਹਿਲਾਂ ਇੱਕ ਮੈਨੂੰ ਛੋਟਾ ਇੱਕ ਮਿੰਟ ਤੁਹਾਡਾ ਚਾਹੀਦਾ। ਜਿਹੜੀ ਅੰਦਰੂਨੀ ਦਿੱਕਤ ਹੈਗੀ ਆ, ਮੈਂ ਅੰਦਰੂਨੀ ਦਿੱਕਤ ਨੂੰ ਮੈਂ ਸਿਰਫ ਇੱਥੋਂ ਤੱਕ ਸੀਮਤ ਨਹੀਂ ਰੱਖੂਗਾ, ਡਿਫੈਂਸ ਤੱਕ ਮੈਂ ਸਵਾਲ ਇਹ ਕਰੂੰਗਾ, ਗਰੀਬੀ, ਭ੍ਰਿਸ਼ਟਾਚਾਰ, ਉਸ ਦੇ ਖਿਲਾਫ ਭਾਰਤ ਪਾਕਿਸਤਾਨ ਜੰਗ ਕਦੋਂ ਲੜਨ? ਦੇਖੋ, ਭਾਰਤ ਤੇ ਜੰਗ ਲੜ ਰਿਹਾ ਅਗੇਂਸਟ ਪਾਵਰਟੀ ਐਂਡ ਡਿਵੈਲਪਮੈਂਟ। ਆਫਟਰ ਆਲ ਸਾਡੀ ਪਾਵਰਟੀ ਦੇ ਕਾਫੀ ਬੰਦੇ ਅਬਵ ਦ ਪਾਵਰਟੀ ਲਾਈਨ ਵੀ ਆਏ। ਇਹ ਨਹੀਂ ਕਿ ਸਰ ਵੀ ਆਰ ਨੋਟ ਫਾਈਟਿੰਗ ਦਿਸ ਬੈਟਲ। ਆਫਟਰ ਪਾਰਟੀਸ਼ਨ ਲੋਟ ਆਫ ਪ੍ਰੋਗਰੈਸ ਹੈਜ਼ ਬੀਨ ਮੇਡ। ਇਹ ਨਹੀਂ ਕਿ ਸਿਰਫ 5 ਸਾਲ ਮੋਦੀ ਸਰਕਾਰ ਵਿੱਚ ਹੀ ਹੋਇਆ, ਉਹਦੇ ਪਹਿਲਾਂ ਵੀ ਬਹੁਤ ਪ੍ਰੋਗਰੈਸ ਹੋਈ ਹੈ। ਬਟ ਸਾਡੀ ਜਿਹੜੀ ਇੰਟਰਨਲ ਵੀਕਨੈਸ ਸਟੈਮ ਬੇਸਿਕਲੀ ਫਰੋਮ ਆਰ ਡਿਵੀਜ਼ਨਸ। ਸਾਡੇ ਵਿੱਚ ਇੰਨੀਆਂ ਡੀਪ ਡਿਵੀਜ਼ਨਸ ਔਨ ਦਾ ਬੇਸਿਸ ਆਫ ਕਾਸਟ, ਔਨ ਬੇਸਿਸ ਆਫ ਸੈਕਟੇਰੀਅਨ ਡਿਵੀਜ਼ਨਸ, ਔਨ ਬੇਸਿਸ ਆਫ ਐਥਨੀਸਿਟੀਜ਼, ਔਨ ਬੇਸਿਸ ਆਫ ਰਿਲੀਜਨ, ਇਹ ਸਾਨੂੰ ਵੀਕਨ ਕਰਦੀ ਆ। ਔਰ ਅੱਜ ਪਾਕਿਸਤਾਨ ਔਰ ISI ਦੀ ਜਿਹੜੀ ਟੈਰਰਿਸਟ ਔਰਗਨਾਈਜੇਸ਼ਨ ਨੇ, ਉਹ ਇੰਨੀ ਡਿਵੀਜ਼ਨਸ ਵਿੱਚ ਹੰਟ ਕਰਦੀਆਂ ਨੇ। ਦੇ ਆਰ ਐਕਸਪਲੋਇਟਿੰਗ ਦੀਸ ਡਿਵੀਜ਼ਨਸ ਔਨ ਬੇਸਿਸ ਆਫ ਕਾਸਟ, ਔਰ ਸੈਕਟੇਰੀਅਨਿਜ਼ਮ, ਔਫ ਐਥਨੀਸਿਟੀ। ਡਿਵਾਈਡ ਐਂਡ ਰੂਲ ਹੋ ਰਿਹਾ, ਡਿਵਾਈਡ ਐਂਡ ਰੂਲ ਹੋ ਰਿਹਾ। ਬਟ ਆਈ ਥਿੰਕ KP ਜੀ, ਅਸੀਂ ਮੇਨ ਮੁੱਦੇ ਤੋਂ ਹਟ ਰਹੇ ਹਾਂ ਥੋੜ੍ਹਾ ਜਿਹਾ। ਮੇਨ ਮੁੱਦਾ ਇਹ ਹੈ ਕਿ ਪਾਕਿਸਤਾਨ ਨੇ ਜਿਹੜਾ ਅੱਜ ਸਾਡਾ IAF ਕਮਾਂਡਰ ਛੱਡਿਆ, ਵਿੰਗ ਕਮਾਂਡਰ, ਅਗਰ ਇਮਰਾਨ ਖਾਨ ਜੀ ਇੰਨੇ ਪੀਸ ਅਤੇ ਅਮਨ ਸ਼ਾਂਤੀ ਦੇ ਸ਼ੌਕੀਨ ਨੇ, ਅਤੇ ਉਸੀ ਪਲੇਨ ਵਿੱਚ ਜਿੱਥੇ ਸਾਡੇ ਕਮਾਂਡਰ ਕੱਲ੍ਹ ਆਉਣਗੇ, ਅਤੇ ਜੈਸ਼ੇ ਮੁਹੰਮਦ ਦੇ ਚੀਫ ਮਸੂਦ ਅਜ਼ਹਰ ਔਰ ਹਫੀਜ਼ ਸਈਦ ਲਸ਼ਕਰ ਤੋਇਬਾ ਨੂੰ ਫੜ ਕੇ ਕਿਉਂ ਨਹੀਂ ਪਲੇਨ ਦੇ ਨਾਲ? ਬਹੁਤ ਇੰਪੋਰਟੈਂਟ ਸਵਾਲ ਹੈ, ਬਹੁਤ ਇੰਪੋਰਟੈਂਟ ਸਵਾਲ, ਬ੍ਰੇਕ ਤੋਂ ਵਾਪਸ ਆ ਕੇ ਪੁੱਛਣਾ ਜ਼ਰੂਰ ਹੈ। ਬਹੁਤ ਇੰਪੋਰਟੈਂਟ ਸਵਾਲ ਹੈ, ਮਸੂਦ ਅਜ਼ਹਰ, ਹਾਫਿਜ਼ ਸਈਦ, ਉਹਨਾਂ ਬਾਰੇ ਇਮਰਾਨ ਖਾਨ ਕਿਉਂ ਨਹੀਂ ਬੋਲਦੇ ਗਏ? ਜੇ ਇਮਰਾਨ ਖਾਨ ਬੋਲਦੇ ਨਹੀਂ ਤਾਂ ਇਹਦਾ ਮਤਲਬ ਹੈ ਕੀ ਆ? ਬ੍ਰੇਕ ਤੋਂ ਵਾਪਸ ਆ ਰਿਹਾ, ਉਹ ਇਹ ਗੱਲ ਤਾਂ ਕਹਿੰਦੇ ਆ ਦਹਿਸ਼ਤਗਰਦੀ ਸਾਡੀ ਸਰਜਮੀ ਦੀ ਵਰਤੋਂ ਨਹੀਂ ਹੋਵੇਗੀ। ਮੈਂ ਪਹਿਲਾਂ ਵੀ ਕਿਹਾ ਸੀਗਾ, ਪਰ ਦਹਿਸ਼ਤਗਰਦੀ ਦੇ ਲਈ ਜਦੋਂ ਇਮਰਾਨ ਖਾਨ ਇਹ ਗੱਲ ਕਹਿੰਦੇ ਆ, ਪੀਸ ਜੈਸਰ ਦੀ ਗੱਲ ਕਰਦੇ ਆ, ਉਹ ਪੀਸ ਜੈਸਰ ਪੀਸ ਐਕਸ਼ਨ 'ਚ ਕਦੋਂ ਬਦਲੇਗਾ? ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਇੱਕੋ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਭਾਰਤ ਪਾਕਿਸਤਾਨ ਵਿੱਚ ਤਣਾਅ ਘਟਾਉਣ ਲਈ ਕੌਮਾਂਤਰੀ ਭਾਈਚਾਰਾ ਹਕੀਕਤ 'ਚ ਕੀ ਚਾਹੁੰਦਾ ਹੈਗਾ? ਅਸੀਂ ਇਸ ਸਵਾਲ 'ਤੇ ਬਹਿਸ ਕਰ ਰਹੇ ਹਾਂ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਨੂੰ ਅਸੀਂ ਸਵਾਲ ਕਰ ਰਹੇ ਹਾਂ। ਅਤੇ ਵਿਕਰਮਜੀਤ, ਮੈਂ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ। ਵਿਕਰਮਜੀਤ, ਸਵਾਲ ਇਹ ਹੈਗਾ ਕਿ ਜਿਹੜੀ ਗੱਲ ਤੁਸੀਂ ਛੱਡ ਕੇ ਗਏ ਹੋ ਕਿ ਜਿਹੜੇ ਰਾਹ ਦੇ ਜ਼ਰੀਏ ਅਭਿਨੰਦਨ ਨੂੰ ਵਾਪਸ ਭੇਜਣਾ ਵਿੰਗ ਕਮਾਂਡਰ ਨੂੰ, ਉਸ ਰਾਹ ਦੇ ਜ਼ਰੀਏ ਮਸੂਦ ਅਜ਼ਹਰ, ਹਾਫਿਜ਼ ਸਈਦ ਵਰਗਿਆਂ ਨੂੰ ਇਮਰਾਨ ਖਾਨ ਕਿਉਂ ਨਹੀਂ ਭੇਜ ਸਕਦੇ ਗਏ? ਇਹ ਸਵਾਲ ਦਾ ਜਵਾਬ ਤੁਹਾਡੇ ਤੋਂ ਲੈਣਾ ਚਾਹੁੰਦਾ ਮੈਂ। ਨਹੀਂ, ਬਿਲਕੁਲ, ਪੁਆਇੰਟ ਤਾਂ ਇਹ ਹੈ ਕਿ ਅਗਰ ਸਾਡਾ IAF ਵਿੰਗ ਕਮਾਂਡਰ ਉਹਨਾਂ ਨੇ ਵਾਪਸ ਦੇ ਦਿੱਤਾ ਹੈ, ਇਹਦੇ ਵਿੱਚ ਕੀ ਵੱਡੀ ਅਚੀਵਮੈਂਟ ਹੈ ਸਾਡੀ? ਪੁਆਇੰਟ ਸਾਡਾ ਪੁਆਇੰਟ ਇਹ ਹੈ ਕਿ ਜਿਹੜੇ ਜੈਸ਼ੇ ਮੁਹੰਮਦ ਦੇ ਜਿਹੜੇ ਟੈਰਰ ਕੈਂਪਸ ਨੇ, ਔਰ ਜਿਹੜੇ ਜੈਸ਼ੇ ਮੁਹੰਮਦ ਦੇ ਲੀਡਰ ਉੱਥੇ ਛੁਪ ਕੇ ਬੈਠੇ ਹੋਏ ਨੇ ਅੰਡਰ ਪਾਕਿਸਤਾਨ ਰਾਵਲਪਿੰਡੀ ਜਿਹੜੇ ਆਰਮੀ ਹੈੱਡਕੁਆਰਟਰ ਦੇ ਪ੍ਰੋਟੈਕਸ਼ਨ ਦੇ ਅੰਡਰ, ਉਹਨਾਂ ਨੂੰ ਅਸੀਂ ਜਦ ਤੱਕ ਡਿਸਮੈਂਟਲ ਨਹੀਂ ਕਰਾਂਗੇ, ਉਹਨਾਂ 'ਤੇ ਪਾਕਿਸਤਾਨ ਐਕਸ਼ਨ ਨਹੀਂ ਲਏਗਾ, ਅਤੇ ਵਾਟ ਇਜ਼ ਦਾ ਪੁਆਇੰਟ ਆਫ ਏਅਰ ਸਟ੍ਰਾਈਕਸ? ਅਗਰ ਮੈਂ ਕਹਿੰਦਾ, ਅਗਰ ਭਾਰਤ ਦਾ ਮਕਸਦ ਸਿਰਫ ਇੱਥੋਂ ਤੱਕ ਤਾਂ ਨਹੀਂ ਸੀ, ਤੁਸੀਂ ਇਹ ਕਹਿਣਾ ਸਾਡਾ ਨਹੀਂ, ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇੱਕ ਸਾਡਾ ਇਹ ਆਪਣਾ ਹੀ ਬੰਦਾ ਹੈ, ਪ੍ਰਿਜ਼ਨਰ ਲੈ ਲਿਆ, ਚਲੋ ਉਹਨੂੰ ਵਾਪਸ ਦਿੱਤਾ, ਆਈ ਕੰਸਿਡਰ ਇਟ ਇਜ਼ ਐਜ਼ ਅ ਵੈਰੀ ਐਜ਼ ਅ ਟੈਕਟੀਕਲ ਵਿਕਟਰੀ। ਬਟ ਸਾਡਾ ਜਿਹੜਾ ਓਬਜੈਕਟਿਵ ਵਾਸ ਡਿਫਰੈਂਟ, ਆਰ ਓਬਜੈਕਟਿਵ ਵਾਸ ਕਿ ਤੁਸੀਂ ਡੈਮੋਨਸਟ੍ਰੇਬਲ ਵੈਰੀਫਾਈਬਲ ਐਕਸ਼ਨ ਲੋ ਅਗੇਂਸਟ ਜੈਸ਼। ਪਾਕਿਸਤਾਨ ਨੇ ਕੀ ਕਿਹਾ? ਅਸੀਂ ਜੀ ਜਮਾਤ ਉਲ ਦਾਵਾ ਨੂੰ ਫਿਰ ਬੈਨ ਕਰਤਾ, ਅਸੀਂ ਜੀ ਉਹ ਇਨਸਾਨੀਅਤ ਇੱਕ ਹੋਰ ਦੀ ਉਹਨੂੰ ਫਿਰ ਬੈਨ ਕਰਤਾ, ਜੈਸ਼ੇ ਮੁਹੰਮਦ ਪਾਕਿਸਤਾਨ ਕਹਿੰਦਾ ਉਹ ਤੋਂ ਪਹਿਲਾਂ ਹੀ ਬੈਨ ਹੈਗਾ। ਇਹਨਾਂ ਨੇ ਹਫੀਜ਼ ਸਈਦ ਨੂੰ ਅਰੈਸਟ ਕੀਤਾ, ਇਹਨਾਂ ਨੇ ਇਹਨੇ 26/11 ਦੇ ਜਿਹੜੇ ਪਰਪੈਟਰੇਟਰ ਸੀ ਬੰਬੇ ਵਾਲੇ, ਉਹਨਾਂ 'ਤੇ ਕੀ ਕੀਤਾ? ਪਠਾਨਕੋਟ ਤੇ ਐਵੀਡੈਂਸ ਇੰਨੀ ਲਿੱਤੀ ਹੈ, ਉਹਨਾਂ ਦੀ 4 ਮੈਂਬਰ ਟੀਮ ਪਠਾਨਕੋਟ ਵੀ ਕਹਿ ਰਹੇ ਡੋਜ਼ੀ ਸਾਡੇ ਕੋਲ ਪਹੁੰਚ ਗਿਆ, ਕਹਿੰਦੇ ਉਸ ਅਟੈਕ ਤੋਂ ਪਹਿਲਾਂ ਡੋਜ਼ੀ। ਮੈਂ ਪੁੱਛਦਾ ਕਿ ਵਾਟ ਐਕਸ਼ਨ ਇਮਰਾਨ ਖਾਨਸ ਗਵਰਨਮੈਂਟ ਹੈਜ਼ ਟੇਕਨ ਔਨ ਟੈਰਰਿਜ਼ਮ ਵਿਚ ਐਵੀਡੈਂਸ ਹੈਜ਼ ਬੀਨ ਗਿਵਨ। ਪੁਆਇੰਟ 2, ਇੰਡੀਆ ਇਜ਼ ਨਾਟ ਦੀ ਓਨਲੀ ਨੇਸ਼ਨ ਜੋ ਪਾਕਿਸਤਾਨ ਦੇ ਖਿਲਾਫ ਟੈਰਰਿਜ਼ਮ ਦੀ ਗੱਲ ਕਰ ਰਿਹਾ। ਇਰਾਨ, ਅਫਗਾਨਿਸਤਾਨ, ਈਵਨ ਬੰਗਲਾਦੇਸ਼, ਕਿ ਦੇ ਆਰ ਸਪੋਰਟਰਸ ਆਫ ਟੈਰਰਿਜ਼ਮ ਵਿਚ ਇਜ਼ ਡੀਸਟੈਬਲਾਈਜ਼ਿੰਗ ਆਰ ਕੰਟਰੀਜ਼। ਠੀਕ ਹੈ, ਠੀਕ ਹੈ। ਮੈਂ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ, ਜਿਹੜੀ ਗੱਲ ਵਿਕਰਮਜੀਤ ਸਰ ਨੇ ਕਹੀ ਹੈ, ਮੈਂ ਸਵਾਲ ਇਸ ਥੋੜ੍ਹਾ ਅੱਗੇ ਲੈ ਕੇ ਜਾਊਂਗਾ। ਇਮਰਾਨ ਖਾਨ ਐਕਸ਼ਨ ਨਹੀਂ ਲੈ ਰਹੇ, ਉਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਨੇ ਐਕਸ਼ਨ ਵੀ ਲਿੱਤੇ, ਡੋਜ਼ੀਰ ਵੀ ਸੌਂਪੇ ਗਏ, ਸਬੂਤ ਦਿੱਤੇ ਗਏ, ਸਭ ਕੁਝ ਉਹਨਾਂ ਨੇ ਮੰਗਿਆ। ਸਵਾਲ ਇਹ ਹੈ ਕਿ ਅਮਰੀਕਾ, ਰਸ਼ੀਆ, ਸਾਊਦੀ ਅਰੇਬੀਆ, ਫਰਾਂਸ, ਜਪਾਨ, ਜਿਹਨਾਂ ਇਰਾਨ ਦੀ ਤੁਸੀਂ ਜਿਹਨਾਂ ਸਾਰਿਆਂ ਦੀ ਗੱਲ ਕਰ ਰਹੇ ਹੋ ਤੁਸੀਂ, ਉਹ ਮੁਲਕ ਪਾਕਿਸਤਾਨ ਨੂੰ ਇਹ ਗੱਲ ਕਹਿ ਸਕਦੇ ਆ ਕਿ ਇਹ ਦਹਿਸ਼ਤਗਰਦ ਭਰ ਦੇ ਹਵਾਲੇ ਕਰੋ? ਇੱਕ ਸੈਕਿੰਡ, ਇਸ ਤੋਂ ਪਹਿਲੇ ਮੈਂ ਇਹ ਪਾਇਲਟ ਕੀ ਵਾਪਸੀ ਕੇ ਉੱਪਰ ਥੋੜ੍ਹਾ ਸਾ ਬਤਾਊਂਗਾ ਆਪਕੋ। ਇਹ ਇਹਨਾਂ ਨੇ ਕੋਈ ਹਮਾਰੇ ਪੇ ਆਸਾਨ ਨਹੀਂ ਕੀਆ, ਇਨਕੇ ਉੱਪਰ ਇਤਨਾ ਦਬਾਅ ਥਾ ਹਮਾਰੇ ਦੇਸ਼ ਕਾ ਔਰ ਇੰਟਰਨੈਸ਼ਨਲ
और ये इन लाइटर वेन मैं ये बोलूँगा कि हो सकता है ये व्हाट्सएप का कमाल हो, किसी बेवकूफ ने इसका पूरा वीडियो शीडियो बना करके डाल दिया और वो ऐसे फैला कि पूरे दुनिया भर में चले। मैं और एंगल सोचता हूं कि पाकिस्तान आदि पब्लिक को दसना चाहता है ऐसी भी कार्रवाई कर। हाँ, लेकिन लेकिन फिर उसके ऊपर दबाव आ गया, बच गया ये, आई एम वेरी हैप्पी अबाउट इट। लेकिन ये टेरर ग्रुप्स के ऊपर एक्शन नहीं ले सकते। नहीं, मेरा सवाल है ब्रिगेडियर प्रदीप शर्मा, जो कमांतरी दबाव की असं गल कर रहे हैं, वो कमांतरी दबाव पाकिस्तान को यह नहीं कह सकता कि जो टेररिस्ट है उन्होंने हवाले करो इंडिया। वो तो कई सालों से अमेरिका कह रहा है उनको, हाँ, बीच में उनकी एड कम कर दी थी, कई बार बोल चुके हैं। उनके अमेरिका हुन जड़ी विचोलकी करता है, अमेरिका पाकिस्तान के नेड़े तो नहीं खड़ना चाहता, उनके हाथ में नहीं है। इसको एक ही तरीका है, जो टेक्नोलॉजी इस्तेमाल करो, और ऐसी टेक्नोलॉजी देश में है। उसामा बिन लादन को मारा था, कैसे मारा था? यही हाल है तुम्हारे सामने, यही हाल है। एक मिनट, फेस रिकॉग्निशन, वॉइस रिकॉग्निशन, टारगेट डेजिग्नेशन, टारगेट गाइडेंस फ्रॉम स्टैंड ऑफ डिस्टेंस। तो ब्रिगेडियर प्रदीप शर्मा, मैंने सीधा जवाब दो, मसूद अजहर ते हाफिज़ इसको हमें हमें ठोकना पड़े, ठोकना चाहिए। पर समझीत फटाफट, मैंने ये सवाल जवाब चाहिए कि यही हाल है हुन टेररिज्म को खत्म करने वास्ते? बिल्कुल नहीं है, ये तो कोई तरीका नहीं है, उन्होंने आप ही इस गल ते करना पऊ। असीं दूजे दे देश दे विच, असीं अपने देश दे विच इहो जिहे हालात पैदा कर रहे हैं कि जिथे टेररिज्म वधूगा। अब पिछे साडे गौरक्षकां दे नां ते की होया, प्रधानमंत्री नूं बयान देने पए, और असीं इत्थे राइटिस्ट इस किस्म दे ग्रुपां नूं शह दे रहे हैं जिन्हां नूं असीं कदी वी रोकदे नहीं आ। जदों कश्मीरियां दा मुड़ियां दा पिया ते सत दिन बाद प्रधानमंत्री दा बयान आया, पहले दिन क्यों नहीं आया? होम मिनिस्ट्री नूं उसे वेले रोकना चाहिए, खबरदार इन्हां बच्चों नूं कोई कुछ नहीं कहूगा। मैनूं लगता है कि असीं आपो अपने देशों नूं सांभीए, आपो अपने देशों की गरीबी दूर करिए, अपने अपने देशों नूं मजबूत करिए, दोस्ती दा हाथ वधाईए। जिवें इमरान खान ने भी कहा सी, असीं कोरीडोर एक जैस्चर है साडा दोस्ती दे हाथ लई, ਆਪਾਂ ਇੱਕ ਦੂਜੇ ਨੂੰ ਇਹੋ ਜਿਹੇ ਜੈਸਚਰ ਦਈਏ। ਜਿਹੜੀ ਗੱਲ ਅਮਰੀਕਾ ਕਰੂਗਾ ਕਿ ਨਹੀਂ ਕਰੂਗਾ, ਅਮਰੀਕਾ ਕਦੇ ਨਹੀਂ ਕਰੂਗਾ। ਤਾਲਿਬਾਨ ਅਮਰੀਕਾ ਨੇ ਪੈਦਾ ਕੀਤੇ ਆ, ਉੱਥੇ ਡਰੱਗ ਮਾਫੀਆ ਅਮਰੀਕਾ ਨੇ ਪੈਦਾ ਕੀਤਾ, ਉਹ ਪਹਿਲਾਂ ਕਿਤੇ। ਹੁਣ ਅਮਰੀਕਾ ਕੀ ਚਾਹੁੰਦਾ ਹੈ? ਹੁਣ ਅਮਰੀਕਾ ਕੀ ਚਾਹੁੰਦਾ? ਹੁਣ ਅਮਰੀਕਾ ਅਮਰੀਕਾ ਉਹਨਾਂ ਟੈਰਰਿਸਟਾਂ ਦੇ ਨਾਲ ਵੀ ਖੜਾ ਆ, ਕਦੀ ਗੁੱਡ ਤਾਲਿਬਾਨ ਕਦੀ ਬੈਡ ਤਾਲਿਬਾਨ ਦੀਆਂ ਗੱਲਾਂ ਕਰਦਾ ਆ, ਔਰ ਉੱਥੇ ਹਥਿਆਰ ਵੀ ਵੇਚਣਾ ਚਾਹੁੰਦਾ, ਹਥਿਆਰ ਦੀ ਮਾਰਕੀਟ ਵੀ ਹੈ ਜਿਵੇਂ ਪਹਿਲਾਂ ਗੱਲਾਂ ਆਈਆਂ, ਔਰ ਨਾਲ ਨਾਲ ਆਪਣੇ ਇੰਟਰਨੈਸ਼ਨਲ ਰਿਲੇਸ਼ਨ ਬਣਾ ਕੇ ਆਪਣੀ ਪੋਲਿਟਿਕਸ ਵੀ ਡਿਪਲੋਮੇਸੀ ਵੀ ਕਾਮਯਾਬ ਕਰਨੀ ਚਾਹੁੰਦਾ। ਜਿਸ ਮੁੱਦੇ ਨੂੰ ਲੈ ਕੇ ਏਅਰ ਸਟ੍ਰਾਈਕ ਕੀਤੀ ਗਈ ਸੀ ਉਹ ਹਾਸਲ ਨਹੀਂ ਹੁੰਦਾ, ਉਹ ਇਸ ਕਰਕੇ ਕਿ ਇਹ ਜਿਹੜਾ ਮੁੱਦਾ ਸੀ ਪਾਇਲਟ ਦਾ, ਉਹ ਠੀਕ ਹੈ ਬਾਅਦ ਚ ਹੋਇਆ ਬਿਕੋਜ਼ ਆਫ ਦੀ ਏਅਰ ਜੋ ਕਿ ਆਪੋ ਚ ਨਹੀਂ। ਹੁਣ ਨਵਜੋਤ ਸਿੰਘ ਸਿੱਧੂ ਵੀ ਗੱਲ ਕਹਿ ਰਹੇ, ਉਹ ਵੀ ਨਵੇਂ ਚੁਆਇਸ, ਨਵਜੋਤ ਸਿੱਧੂ ਵੀ ਗੱਲ ਕਹਿ ਰਹੇ ਸਾਨੂੰ ਗੱਲਬਾਤ ਅੱਗੇ ਵਧਾਉਣੀ ਚਾਹੀਦੀ। ਉਦੋਂ ਇਮਰਾਨ ਖਾਨ ਕਹਿ ਰਹੇ ਆ ਪਾਰਲੀਮੈਂਟ ਗੱਲ ਕਰ ਲਗਾ ਇੰਡੀਆ ਦੇ ਵਿੱਚ ਦੋਸਤ, ਦੂਜੀ ਗੱਲ ਦਾ ਜਵਾਬ ਦੇਣ ਲਗਾ ਜੋ ਖੇਡਦਾ ਰਹਿੰਦਾ ਸੀ। ਦੂਜੀ ਗੱਲ ਕਿ ਅਮਰੀਕਾ ਦੀ ਕਿਉਂ ਨਹੀਂ ਗੱਲ ਕਰ ਰਹੇ? ਅਮਰੀਕਾ ਨੂੰ ਸਖਤ ਲੋੜ ਹੈ ਇਸ ਵੇਲੇ ਪਾਕਿਸਤਾਨ ਦੀ, ਔਰ ਖਾਸ ਤੌਰ ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੋਏਗੀ, ਕਿਉਂਕਿ ਜਿਹੜੇ ਕਿ ਅਫਗਾਨਿਸਤਾਨ ਤੇ ਜਿਹੜੇ ਪਾਲਤੂ ਹੈਗੇ ਨੇ ਤਾਲਿਬਾਨ ਹਕਾਨੀ ਨੈਟਵਰਕ, ਉਹ ਕਿਤੇ ਆ ਕੇ ਸਾਡੇ ਪਾਸੇ ਨਾ ਆ ਜਾਣ, ਇਸ ਵਾਸਤੇ ਅਮਰੀਕਾ ਨੂੰ ਖਾਸ ਜ਼ਰੂਰਤ ਹੈਗੀ ਹੈ। ਮਗਰ ਅਸਰ ਸਾਡੇ 'ਤੇ ਪੈ ਸਕਦਾ, ਜ਼ੋਰ ਪਏਗਾ ਹੁਣ ਅਮਰੀਕਾ 'ਤੇ, ਬਾਕੀ 'ਤੇ ਪਾਉਣਾ ਚਾਹੀਦਾ। ਬੈਕ ਚੈਨਲ 'ਚ ਕੀ ਹੋਇਆ ਉਹਦਾ ਸਾਨੂੰ ਹਾਲੇ ਪਤਾ ਨਹੀਂ, ਮਗਰ ਜ਼ਰੂਰ ਅਮਰੀਕਾ 'ਤੇ ਅੱਖਾਂ ਬੰਦ ਕਰਕੇ ਯਕੀਨ ਨਾ ਕਰੀਏ। ਨਹੀਂ ਬਿਲਕੁਲ ਨਹੀਂ, ਨਾ ਅਮਰੀਕਾ 'ਤੇ, ਨਾ ਚੀਨ 'ਤੇ, ਨਾ ਸਾਊਦੀ ਅਰੇਬੀਆ 'ਤੇ ਕਿਸੇ ਇਸਲਾਮ। ਕੌਮਾਂਤਰੀ ਭਾਈਚਾਰਾ ਕਿਹਦੇ ਨਾਲ ਖੜਾ? ਸਾਨੂੰ ਕੌਮਾਂਤਰੀ ਭਾਈਚਾਰਾ ਕਿਹਦੇ ਨਾਲ ਖੜਾ? ਸਾਨੂੰ ਆਪਣਾ ਖੜਾ ਆਪਣੇ ਦੇਸ਼ ਸਾਨੂੰ ਕੇਪੀਜੀ ਮੈਂ ਕਹਿੰਦਾ ਇਹਨਾਂ ਨੂੰ ਵੱਖੋ ਵੱਖਰੇ ਲੜਨਾ ਪਊਗਾ। ਸਾਨੂੰ ਉਹਨਾਂ ਦਾ ਇੱਕੋ ਇੰਟਰਸਟ ਸੀ ਕੇਪੀ ਸਿੰਘ ਕਿ ਨਿਊਕਲੀਅਰ ਵਾਰ ਐਸਕੇਲੇਟ ਹੋ ਕੇ ਨਾ ਹੋਏ, ਉਹਨਾਂ ਦਾ ਇੰਟਰਸਟ ਇਹ ਆ। ਬਾਕੀ ਇੰਟਰਸਟ ਹੈ ਕਿ ਉਹਨਾਂ ਦੇ ਦੇਸ਼ ਨੂੰ ਕਿੰਨਾ ਫਾਇਦਾ ਦੂਜਿਆਂ ਦੀ ਸ਼ਕਤੀ ਸ਼ਕਤੀਸ਼ਾਲੀ ਬਣਾਉਣਾ ਪਏਗਾ ਆਪਣੀ ਫੋਰਸਸ ਨੂੰ, ਉਹ ਸਾਡੇ ਹਿੱਤ ਪਾਕਿਸਤਾਨ ਨੂੰ ਕੌਣ ਸਮਝਾਊਗਾ? ਤੁਹਾਡੇ ਆਪਸ ਵਿੱਚ ਅੰਦਰੂਨੀ ਇੰਡੀਆ ਦਿੱਕਤਾਂ ਹੈਗੀਆਂ, ਉਹ ਸਾਨੂੰ ਕੌਣ ਦੂਰ ਕਰੂਗਾ? ਇੰਡੀਆ ਪਾਕਿਸਤਾਨ ਆਪੇ ਆਪੇ ਮੀਡੀਆ ਦੇ ਸਵਾਲ ਚੁੱਕਦੇ ਪਏ, ਮੀਡੀਆ ਭੂਮਿਕਾ ਨਹੀਂ ਅਦਾ ਕਰ ਰਿਹਾ। ਸਵਾਲ ਮੀਡੀਆ ਤੇ ਹੈਗਾ, ਮੈਂ ਕਹਿ ਰਿਹਾ ਕਿਉਂਕਿ ਮੀਡੀਆ ਹਰ ਰੋਜ਼ ਜੰਗ ਦੀਆਂ ਗੱਲਾਂ ਕਰ ਰਿਹਾ। ਬਿਲਕੁਲ ਕਰ ਰਿਹਾ, ਉਹ ਗਲਤ ਗੱਲ ਕਰ, ਜੰਗ ਦੀ ਹਮਾਰਾ ਤਾਂ ਟ੍ਰੇਡ ਚਾਲੂ ਹੋਣਾ ਚਾਹੀਦਾ। ਪੰਜਾਬ 'ਚ ਜੋ ਸਥਿਤੀ ਪੈਦਾ ਹੋ ਰਹੀ ਹੈ ਉਹਦੇ ਵਾਸਤੇ ਤੇ ਟ੍ਰੇਡ ਸਿੱਧਾ ਪਾਕਿਸਤਾਨ ਨਾਲ ਖੋਲੇ ਹੋਰ ਮੁਲਕਾਂ। ਲਾਸਟ ਮਿੰਟ ਫੜਾ ਪ੍ਰਦੀਪ ਸ਼ਰਮਾ, ਕੇਪੀ ਇੰਡੀਆ ਪਾਕਿਸਤਾਨ ਕੋਲ ਸਮਝਾਓ। ਫੋਰ ਕੁਇਕ ਪੁਆਇੰਟਸ, ਇੱਕ ਮਿੰਟ। ਮੀਡੀਆ ਜੋ ਜੰਗ ਕੀ ਬਾਤਾਂ ਕਰ ਰਿਹਾ ਹੈ, ਇੱਕ ਤਰ੍ਹਾਂ ਸੇ ਅੱਛਾ ਹੈ, ਦੇਸ਼ ਮੇ ਏਕਤਾ ਕੀ ਭਾਵਨਾ ਪੈਦਾ ਹੋ ਰਹੀ ਹੈ, ਬੜੀਆ। ਏਕਤਾ ਦੀ ਭਾਵਨਾ ਪੈਦਾ ਕਰਨ ਲਈ ਜੰਗ ਦੀ ਗੱਲ ਕਰਨੀ ਜ਼ਰੂਰੀ ਹੈ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ? ਸੁਣੋ, ਜੋ ਆਜ ਤੱਕ ਦੇਸ਼ ਕੀ ਜਨਤਾ ਕੋ ਇਹ ਨਹੀਂ ਪਤਾ ਥਾ ਕਿ ਇੱਕ ਸੈਨਿਕ ਕੀ ਮੌਤ ਕੇ ਬਾਅਦ ਦਰਦ ਕਿਤਨਾ ਹੋਤਾ ਹੈ, ਅਬ ਸਾਰੇ ਹਮਾਰੇ ਸਾਥ ਹੋ ਰਹੇ ਹੈ ਆਸਤਾ ਆਸਤਾ। ਓਕੇ, ਦੂਸਰੀ ਚੀਜ਼ ਇਹ, ਅਗਰ ਆਪ ਯੂੰ ਸੋਚੋ ਕਿ ਹਮਨੇ ਸਟ੍ਰਾਈਕਸ ਕਰੀ POK ਮੇ ਔਰ ਜਹਾਂ ਪਰ ਵੀ ਬੇਸਿਸ ਪਰ, ਅਬ ਇਸਕੇ ਬਾਅਦ ਅਗਲਾ ਕਦਮ ਇਹ ਹੈ ਕਿ ਜਬ ਵੀ ਹਮ ਚਾਹੇ ਹਮ ਇਨਕੇ ਬੇਸਿਸ ਕੋ ਠੋਕੇ ਔਰ ਪਾਕਿਸਤਾਨ ਚੁੱਪ ਰਹੇ। ਇੰਟਰਨੈਸ਼ਨਲ ਕਮਿਊਨਿਟੀ ਨੇ ਵੀ ਪ੍ਰਦੀਪ ਸ਼ਰਮਾ, ਸਾਨੂੰ ਪਹਿਲਾਂ ਤੋਂ ਪਤਾ ਸੀ ਨਾ ਟੈਰਰ ਕੈਂਪ ਚੱਲਦੇ ਪਏ ਉੱਥੇ, ਅਸੀਂ ਇੰਤਜ਼ਾਰ ਕਰਦੇ ਰਹੇ 40 ਜਵਾਨਾਂ ਦੀ ਸ਼ਹਾਦਤ ਹੋ ਜਾਏ ਉਸ ਤੋਂ ਬਾਅਦ ਅਸੀਂ ਅਟੈਕ ਕਰੀਏ, ਨਹੀਂ ਅਸੀਂ ਇੰਤਜ਼ਾਰ ਕਰਦੇ ਰਹੇ। ਨੋ,
हमारे को मिनट टू मिनट इंफॉर्मेशन है कि उनके कैंप्स किधर हैं, लॉन्च पैड्स किधर हैं, अपने का पता नहीं मिनट टू मेरा से इंतजार कर रहे इसीलिए गवर्नर ने प्रदीप जी गवर्नर ने पहला बयान दे दिया कि साडा इंटेलिजेंस फेलियर जो 40 सीआरपीएफ जवान मारे गए सानू अपने घर से पता नहीं लगा दूजे देश का सानू प्रोफेसर साहब मैं राजनीति में ज्यादा नहीं जाना चाहता सारी यही बात में सुनिए राजनीति में आज तक ये नहीं पता जेएफ कैनेडी को किसने मारा तो ज्यादा मत जाइए स्टिक टू द पॉइंट यू स्टिक टू द पॉइंट देयर इज नो गोइंग बैक वी हैव टू हैज अ डुप्लीकेट पॉलिसी ऑन पाकिस्तान जिहड़े टेररिस्ट यूएस नु नहीं सूट करदे यूएस ड्रोन मार के कर देंदा ठीक है लाइक तालिबान दे बड़े बड़े बंदे पाकिस्तान विच मारे ओसामा बिन लादेन यूएस हैज पुट $10 million दा रिवॉर्ड ऑन हफीज सईद लश्करे ऑन हफीज सईद यस $10 million पर अज तक यूएस दे सामने फिरदा यूएस नु मारदा नहीं मींस यूएस दी डबल पॉलिसी ऑन टेररिज्म ठीक है सैकेंडली आ गल ब्रिगेडियर कालो ने बिल्कुल ठीक की है कि इनिया बड़िया टेररिस्ट स्ट्राइक्स हुई हैं इंडिया में पठानकोट अटैक होया पुलवामा अटैक होया नगरोटा अटैक होया उरी अटैक होया सानू एयर स्ट्राइक दो तीन साल पहले ही पहला करनी चाहिए और यही गलत मैं कह रहा ब्रिगेडियर और बाबरपुर का जरा कैंप है 2001 तो कायम है पठानकोट की जी चार्जशीट है टैरर अटैक बावलपुर कैंप मैं 2016 की सो दैट मीनस इंटेलीजेंस 2016 भी सी इन्होंने अज जाके क्यों वेट किया दे शुड हैव डन इट मच अर्लियर प्रेड गलो कुछ कहना चाहते मैं चर्चा समाप्त करा मैं सिर्फ यो गल कहना जंग इज नॉट दी समस्या का हल नहीं है मगर सानू ये हुन इन्नी देर बाद ये एक्शन लेना पिया जब तो देश मुल्क आज़ाद होया दोवें मुल्क बंटवारा होया हुन सानू सुचेत रहने की लोड़ होएगी और सानू शक्ति प्रदर्शन करने वास्ते फौजों तैयार बर तैयार रहना ठीक है बहुत धन्यवाद बहुत धन्यवाद ब्रिगेडियर कालो तुहाडा ब्रिगेडियर प्रदीप शर्मा तुहाडा बहुत धन्यवाद प्रसन्न मनजीत सिंह तुहाडा बहुत धन्यवाद विक्रमजीत सिंह तुहाडा बहुत धन्यवाद जंग किसी मसले का हल नहीं पर अलर्ट रहना पवेगा इस अलर्ट के विचाले सानू यह देखना पवेगा किहड़ा ट्रंप कार्ड साडे काम आ रहा कि किहड़ा नहीं आ रहा क्योंकि सारे के आपदे आपदे मुफाद है कि उस मुफाद के विचाले भारत पाकिस्तान भी समझना चाहिए जिन्हें असी खर्चे सुरक्षा से कर रहे हैं जे असी इंटरनल जी साड़ियाँ खामिया है उन्होंने दूर कर लिए त्रुटियां दूर कर लिए तो शायद साढ़े दोनों मुल्क खुशहाल हो सकते हैं पर इस बारे दोनों मुल्कों कौन समझाएगा सवाल फिर मीडिया से आऊगा मीडिया सारा तो नहीं इदा कर सकता गा पर असी कोशिश कर रहे हैं इस मंच तो बार बार अपील करते हैं आपकी बेरोजगारी आपकी गरीबी भुखमरी भ्रष्टाचारी देखो ये जंगा के रस्ते छड़ दो बहुत धन्यवाद